ਯਾਰ ਮੈਨੂੰ ਨਾ ਮੁਸੀਬਤ ਪਈ ਹੋਈ ਹੈ, ਮੈਨੂੰ ਸ਼ਰਮ ਆ ਰਹੀ ਹੈ, ਮੈਂ ਇੱਥੇ ਆ ਗਿਆ। ਸ਼ਰਮ ਆ ਰਹੀ ਹੈ ਵਿਚਾਰੇ ਅਸਲ ਨਾਲ ਜ਼ਿਆਦਤੀ ਹੋਈ ਹੈ, ਇਹਨੂੰ ਹੁਣ ਮੈਂ ਜੰਬਰ ਤੇ ਲਾਣਾ ਹੈ। ਤੇ ਠੀਕ ਹੈ, ਕੋਈ ਮਸਲਾ ਨਹੀਂ ਹੈ, ਅਸਲ ਨੂੰ ਲਾ ਦੇ ਜੰਬਰ ਤੇ। ਗੱਡੀ ਦਾ ਪਿੱਛੇ ਮਾ ਨਾ ਵਟਾ ਮਾਰ ਅਸਲ ਨੂੰ ਆਲੇ 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 ਵੇਖ ਲਓ, ਲੋਕੀ ਵਿਆਹ ਕਰਾਈ ਜਾ ਰਹੇ ਨੇ। ਫਿਰ ਤੈਨੂੰ ਕਿਹੜਾ ਰਕਾਵਟ ਹੈ, ਤੈਨੂੰ ਲੱਭਦੀ ਨਹੀਂ ਕੋਈ ਤੇ ਮੈਂ ਕੀ ਕਰਾਂ? ਹੁਣ ਤੁਸੀਂ ਲੱਭੋਗੇ ਤੇ ਫੇਰ ਹੀ ਹੁਣ ਮੈਂ ਤਾਂ ਤੁਹਾਨੂੰ ਜ਼ਿਆਦਾ ਦੇਤੀ ਕੱਲ ਦੀ, ਠੀਕ ਹੈ ਹੁਣ ਤੁਹਾਡੀ ਮਰਜ਼ੀ। ਦਿੰਦਾ ਹੀ ਨਹੀਂ ਮੈਂ ਕੀ ਕਰਾਂ? ਅਸਤਗਫਰ ਅੱਲਾ, ਕੀ ਨਹੀਂ ਕਰਦਾ ਕੋਈ, ਦਿੰਦਾ ਹੀ ਨਹੀਂ। ਓਏ ਹੋਏ 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 ਹੋਏ, ਦੇਖੋ ਤੁਹਾਡੇ ਭਰਾ ਦੀ ਬੇਇੱਜ਼ਤੀ ਹੋ ਗਈ, ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਹੈ। ਮੈਂ ਕਹਿੰਦਾ ਹੁਣ ਮੇਰਾ ਦਿਲ ਕਰਦਾ ਮੈਂ ਸ਼ਰਮ ਨਾਲ ਨਾ ਡੁੱਬ ਕੇ ਨਾ ਮਰਾਂ। ਹੋਵੇ ਕਾਲਾ ਠੀਕ ਹੈ, ਤੇ ਕਿਤੇ ਕੋਈ ਜੋਰਜੀਆ ਦੀ ਠੀਕ ਹੈ, ਕੋਈ ਜਿਹੜਾ ਨਾ ਕੀ ਉਹਦਾ ਨਾਮ ਹੈ ਸਾਊਥ ਅਫਰੀਕਾ ਵਾਲੇ ਪਾਸੇ ਦੇ ਲੱਭ ਦਿਓ। ਅਸਲਾਮ ਅਲੈਕੁਮ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਭੈਣ ਭਰਾ ਖੈਰ ਖਰੀਅਤ ਨਾਲ ਹੋਣਗੇ, ਸਿਹਤ ਵੀ ਠੀਕ ਹੋਏਗੀ, ਬਿਲਕੁਲ ਫਿੱਟ ਫਾਟ ਹੋਣਗੇ। ਲਓ ਜੀ, ਅੱਜ ਸਾਡੇ ਹੋਣ ਲੱਗ ਗਈ ਬਾਰਿਸ਼ ਸੁਬਹਾ ਸੁਬਹਾ, ਤੇ ਨਹੀਂ ਦੁਪਹਿਰ ਦਾ ਟਾਈਮ, ਕਿਉਂਕਿ ਮੋਸਟਲੀ ਦੁਪਹਿਰ ਨੂੰ ਉੱਠਦਾ ਤੇ ਮੈਂ ਉੱਠਿਆ ਤੇ ਮਾਂ ਜੀ ਜਿਹੜੇ ਨਾ ਸਬਜ਼ੀਆਂ ਸੁਬਜ਼ੀਆਂ ਬਣਾ ਰਹੇ ਨੇ, ਮੈਂ ਜੀ ਸਿਹਤ 'ਤੇ ਤੇਲ ਸ਼ੇਲ ਮਲਿਆ, ਮੈਂ ਕਿਹਾ ਤੇਲ ਤੂਲ ਲਾ ਲਈਏ ਵਾਲਾਂ ਦੀ, ਵਾਹਵਾ ਚੰਗਾ ਹੁੰਦਾ। ਅਤੇ ਮਾਸ਼ਾਅੱਲਾ ਜਿਹੜਾ ਨਾ ਬਾਹਰ ਸੁਬਹਾ ਬਹੁਤ ਅੱਛਾ ਮੌਸਮ ਸੀ, ਸੁਬਹਾ ਸੁਬਹਾ ਨਾ ਫਜਰ ਤੋਂ ਬਾਅਦ ਹਲਕੀ ਹਲਕੀ ਠੰਡੀ ਹਵਾ ਚੱਲ ਰਹੀ ਸੀ, ਲੇਕਿਨ ਇਸ ਟਾਈਮ ਨਾ ਹੁਣ ਹਲਕੀ ਹਲਕੀ ਰਿਮਝਿਮ ਹੋ ਰਹੀ ਹੈ ਮਾਸ਼ਾਅੱਲਾ, ਜਿਹੜਾ ਨਾ ਬਾਰਿਸ਼ ਹੋ ਰਹੀ ਹੈ, ਚੈੱਕ ਕਰੋ, ਬਹੁਤ ਹੀ ਪਿਆਰਾ ਮੌਸਮ ਹੈ, ਠੀਕ ਹੈ। ਲੇਕਿਨ ਇਹ ਮੌਸਮ ਇੰਨਾ ਪਿਆਰਾ ਤਾਂ ਲੱਗ ਰਿਹਾ ਵੇਖਣ ਨੂੰ, ਲੇਕਿਨ ਇਸ ਟਾਈਮ ਜਿਹੜਾ ਹੈ ਨਾ ਬਹੁਤ ਜ਼ਿਆਦਾ ਕਿਸਾਨਾਂ ਵਾਸਤੇ ਨੁਕਸਾਨ ਦੇ, ਕਿਉਂਕਿ ਅਸੀਂ ਖੁਦ ਵੀ ਕਿਸਾਨ ਹਾਂ ਅਤੇ ਬਾਕੀ ਵੀ ਆਪਣੇ ਜਿਹੜਾ ਹੈ ਨਾ, ਕਿਉਂਕਿ ਜ਼ਾਹਰੀ ਸੀ ਗੱਲ ਹੈ ਕਿ ਆਪਾਂ ਖਾਣਾ ਕਿੱਥੋਂ, ਜ਼ਮੀਨ ਤੋਂ ਆਉਣਾ ਤਾਂ ਖਾਣਾ, ਅਤੇ ਇਸ ਟਾਈਮ ਕਣਕ ਦੀ ਫਸਲ ਜਿਹੜੀ ਨਾ ਪੱਕ ਕੇ ਫੁੱਲ ਤਿਆਰ ਹੋਈ ਹੋਈ ਹੈ, ਅਤੇ ਕਈਆਂ ਜਗ੍ਹਾ 'ਤੇ ਵਾਢੀ ਪੈ ਗਈ ਹੈ, ਕਈਆਂ ਜਗ੍ਹਾ 'ਤੇ ਪੈ ਰਹੀ ਹੈ, ਕਈਆਂ ਜਗ੍ਹਾ 'ਤੇ ਨਿਕਲਣ ਲੱਗ ਗਈ ਹੈ, ਅਤੇ ਬਾਰਿਸ਼ ਜਿਹੜੀ ਹੈ ਨਾ ਕਣਕ ਵਾਸਤੇ ਇਸ ਟਾਈਮ ਬਹੁਤ ਜ਼ਿਆਦਾ ਨੁਕਸਾਨ ਦੇ, ਕਿਉਂਕਿ ਅਜੇ ਤਾਂ ਕੁਛ ਲੋਕਾਂ ਦੀ ਸਰੋਂ ਵੀ ਜ਼ਮੀਨਾਂ ਦੇ ਵਿੱਚ ਪਈ ਹੋਈ ਹੈ, ਅਤੇ ਉਹ ਕਣਕਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦੇ, ਕਿਉਂਕਿ ਇਹਨਾਂ ਦਿਨਾਂ ਜਦੋਂ ਬਾਰਿਸ਼ ਹੁੰਦੀ ਹੈ, ਇੱਕ ਤਾਂ ਕਣਕ ਨੂੰ ਉੱਲੀ ਲੱਗਣ ਦੇ ਖਤਰੇ ਹੁੰਦੇ, ਜਿਹੜੀ ਵੱਢੀ ਪੀ ਉਹਨੂੰ ਉੱਲੀ ਲੱਗ ਜਾਂਦੀ ਹੈ, ਮੁਰੱਬੇ ਦੇ ਵਿੱਚ ਗੱਲਾਂ ਸ਼ੁਰੂ ਹੋ ਜਾਂਦੀ ਹੈ, ਅਤੇ ਉਹ 100 ਚੀਜ਼ਾਂ ਬਣਦੀਆਂ ਉਹਦੇ ਨਾਲ, ਠੀਕ ਹੈ। ਅਤੇ ਇਸ ਟਾਈਮ 'ਤੇ ਜਿਹੜਾ ਨਾ ਬਿਹਤਰ ਅੱਲਾ ਪਾਕ ਕੋਲੋਂ ਜਿਹੜਾ ਬਾਰਿਸ਼ ਦੀ ਆਪਾਂ ਦੁਆ ਕਰੀ ਦੀ, ਮਾਸ਼ਾਅੱਲਾ ਮੌਸਮ ਠੰਡਾ ਹੋ ਜਾਂਦਾ, ਦੇਖੋ ਅਗਰ ਤੁਸੀਂ ਬਾਹਰ ਦੇਖੋਗੇ ਤਾਂ ਬੜਾ ਫਰੈਸ਼ ਲੱਗਦਾ ਨਾ ਆਪਾਂ ਨੂੰ, ਦੇਖਣ ਨੂੰ ਵੀ ਹਰ ਚੀਜ਼ ਹਰੀ ਭਰੀ ਹੈ, ਬਾਰਿਸ਼ ਹੋ ਰਹੀ ਹੈ, ਹਰ ਚੀਜ਼ ਹਰੀ ਭਰੀ ਲੱਗ ਰਹੀ। ਅਗਰ ਮੈਂ ਥੋੜ੍ਹਾ ਜਿਹਾ ਮੈਂ ਵੀ ਬਾਰਿਸ਼ 'ਚ ਨਹਾ ਹੀ ਲਵਾਂ, ਮੈਂ ਕਿਹਾ ਮਤਲਬ ਕਿ ਬੱਚੇ ਇੰਜੋਏ ਕਰ ਰਹੇ ਨੇ, ਇਹਨਾਂ ਦੀ ਜ਼ਿੰਦਗੀ ਹੈ, ਜ਼ਿੰਦਗੀ ਤਾਂ ਇਹਨਾਂ ਦੀ ਹੈ, ਠੀਕ ਹੈ। ਅਗਲੇ ਇੰਜੋਇਮੈਂਟ ਕਰ ਰਹੇ ਨੇ ਫੁੱਲ, ਨਹਾਉਣ ਨੂੰ ਤਾਂ ਮੇਰਾ ਵੀ ਦਿਲ ਕਰ ਰਿਹਾ, ਲੇਕਿਨ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਨਾ, ਜਿਸ ਟਾਈਮ ਬਾਰਿਸ਼ ਪੈਂਦੀ ਤਾਂ ਫਸਲਾਂ ਖਰਾਬ ਹੁੰਦੀਆਂ ਨੇ, ਅਤੇ ਕਿਸਾਨਾਂ ਵਾਸਤੇ, ਕਿਉਂਕਿ ਉਹ ਇੱਕ ਹੀ ਚੀਜ਼ ਹੁੰਦੀ, ਉਹਨਾਂ ਨੇ ਇੱਕ ਹੀ ਜਗ੍ਹਾ ਦੇ ਉੱਤੇ ਇਨਵੈਸਟਮੈਂਟ ਕੀਤੀ ਹੁੰਦੀ, ਉੱਥੋਂ ਹੀ ਉਹਨਾਂ ਨੂੰ ਸਾਰਾ ਕੁਛ ਆਉਣਾ, ਫਸਲ ਜਦੋਂ ਫਸਲ ਹੀ ਸਾਰੀ ਖਰਾਬ ਹੋ ਗਈ ਤਾਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਉਸ ਚੀਜ਼ ਦਾ। ਅਤੇ ਅੱਲਾ ਪਾਕ ਕੋਲ ਇਹੀ ਦੁਆ ਕਰਨੀ ਚਾਹੀਦੀ ਹੈ ਕਿ ਜੀ ਬਾਰਿਸ਼ ਹੁਣ ਨਾ ਹੀ ਹੋਵੇ ਤਾਂ ਜ਼ਿਆਦਾ ਬਿਹਤਰ। ਮਾਸ਼ਾਅੱਲਾ ਆਪਣੇ ਪੌਦੇ ਨੂੰ ਕਲੀਆਂ ਲੱਗ ਗਈਆਂ ਨੇ, ਕਲੀਆਂ ਖਿਲ ਗਈਆਂ ਨੇ, ਅਤੇ ਫੁੱਲ ਇੱਕ ਤੋੜਦੇ ਹੋ ਇੱਥੋਂ ਮਾਂ ਜੀ ਵਾਸਤੇ, ਮਾਂ ਜੀ ਨੂੰ ਜਿਹੜਾ ਨਾ ਜਾ ਕੇ ਦਈਏ ਇੱਕ ਫੁੱਲ ਪਿਆਰਾ ਹੀ ਆ, ਕਿਹੜਾ ਫੁੱਲ ਤੋੜੀ ਇੱਕ ਤਾਂ ਇਸ ਬੂਟੇ ਸਾਡੇ ਨਾਲ ਨਾ ਕੰਡੇ ਬਹੁਤ ਜ਼ਿਆਦਾ ਨੇ, ਕੰਡੇ ਬਹੁਤ ਜ਼ਿਆਦਾ ਨੇ ਇਸ ਬੂਟੇ ਦੇ ਨਾਲ, ਕਿਤੇ ਭੂਣ ਭਾਂਡ ਤਾਂ ਨਹੀਂ ਲੱਗੇ, ਕੰਡੇ ਬਹੁਤ ਜ਼ਿਆਦਾ ਨੇ ਇਸ ਬੂਟੇ ਦੇ ਨਾਲ, ਅਤੇ ਇਹਦੇ ਤੋਂ ਡਰ ਹੀ ਲੱਗਦਾ ਰਹਿੰਦਾ। ਮਾਮਾ ਨੂੰ ਇੱਕ ਇੱਕ ਫੁੱਲ ਤਿਆਰ ਕਰੋ ਡੇਲੀ ਤੋੜ ਕੇ, ਬੱਤੀ ਫੇਰ ਚੱਲੇਗੀ। ਇੱਕ ਤਾਂ ਸਾਡੀ ਅੱਜ ਬੱਤੀ ਸਾਨੂੰ ਲਈ ਖਲੋਤੀ ਹੈ, ਝਟਕ ਬਾਅਦ ਬੱਤੀ ਚੱਲ ਜਾਂਦੀ ਹੈ, ਝਟਕ ਬਾਅਦ ਬੱਤੀ ਚੱਲ ਜਾਂਦੀ ਹੈ। ਮੇਰਾ ਗਲਾ ਵੀ ਖਰਾਬ, ਮੇਰਾ ਨੱਕ ਵੀ ਬਹਿ ਗਿਆ, ਤੁਸੀਂ ਕਹਿਣਾ ਬੰਦਾ ਬਿਮਾਰੀਆਂ ਦੀ ਦੁਕਾਨ ਹੈ। ਮੈਂ ਖਾਣ ਪੀਣ ਤੋਂ ਪਰਹੇਜ਼ ਨਹੀਂ ਕਰਦਾ, ਠੀਕ ਹੈ। ਅਤੇ ਡਾਰਲਿੰਗ ਉਹ ਨਾ ਗਾਣਾ ਇੱਕ ਮੇਰੇ ਜ਼ਿਹਨ 'ਚ ਨਿਕਲ ਗਿਆ, ਪਿਆਰੀ ਡਾਰਲਿੰਗ ਕਿ ਸੁਣ ਡਾਰਲਿੰਗ, ਡਾਰਲਿੰਗ ਵੀ ਲੈ ਆਉਂਦੇ ਹਾਂ, ਕੋਈ ਲੱਭ ਕੇ ਡਾਰਲਿੰਗ ਵੀ ਲੱਭ ਲਿਆਉਂਦੇ ਹਾਂ। ਤੁਸੀਂ ਫੁੱਲ ਇੰਜੋਏ ਕਰੋ ਬਸ, ਕਿਸੇ ਨੂੰ ਫੁੱਲ ਦੇਣਾ ਜਿਹੜਾ ਬਾਰਿਸ਼ ਦੇ ਵਿੱਚ ਐਵੇਂ ਜ਼ਲੀਲ ਹੋ ਕੇ ਜਾਣਾ, ਅੱਗੇ ਜਾਂਦੇ ਛਿੱਤਰ ਪੈ ਜਾ, ਅੱਗੇ ਜਾਂਦੇ ਛਿੱਤਰ ਪੈ ਜਾਵੇ ਉਹਦੇ ਨਾਲ ਚੰਗੇ, ਤੁਸੀਂ ਘਰੇ ਦੁਆ ਕਰਦੇ ਮਾਂ ਹੁੰਦੇ ਹੋ ਹੈ।
ਸ਼ਾਮ ਸਵੇਰ ਫੁੱਲ ਦਿੰਦੇ ਰਹੇ ਉਹਨੇ ਕਹਿਣਾ ਅੱਲਾ ਤਾਂ ਪਤਾ ਜਾ ਬਾਹਰ ਕਮਾਈ ਕਰਕੇ ਲਿਆ ਸਵੇਰੇ ਤੁਹਾਡਾ ਫੁੱਲ ਤੋੜਦਾ ਫੜਾਈ ਜਾਂਦਾ ਰਹਿੰਦਾ ਤੈਨੂੰ ਹੋਰ ਕੋਈ ਕੰਮ ਨਹੀਂ ਹੈ ਆਹ ਗਜਰੇ ਗਜਰੇ ਮੈਂ ਕਹਿੰਦਾ ਕਲੀਆਂ ਦਾ ਬੂਟਾ ਤਾਂ ਨਹੀਂ ਲਾਇਆ ਗਜਰਿਆਂ ਦਾ ਇੱਥੇ ਕਲੀਆਂ ਦਾ ਬੂਟਾ ਲੱਗਿਆ ਗੁਲਾਬ ਦੇ ਤਿੰਨ ਬੂਟੇ ਇੱਥੇ ਲੱਗੇ ਨਾਲ ਆਪਣਾ ਪਾਰਕ ਭਰਿਆ ਪਿਆ ਠੀਕ ਹੈ ਅਤੇ ਗਜਰੇ ਬਣਾ ਕੇ ਕਾਰੋਬਾਰ ਹੀ ਸ਼ੁਰੂ ਕਰ ਲੈਂਦੇ ਹਾਂ ਹਾਂ ਵੀ ਗਜਰਿਆਂ ਦਾ ਕਾਰੋਬਾਰ ਹੀ ਸ਼ੁਰੂ ਕਰ ਲੈਂਦੇ ਹਾਂ ਜੀ ਬਾਰਿਸ਼ ਜਿਹੜੀ ਹਲਕੀ ਹਲਕੀ ਹੋ ਰਹੀ ਨਾ ਮੈਂ ਥੋੜ੍ਹਾ ਜਿਹਾ ਮੈਂ ਖੁਦ ਮਾਫ਼ੀ ਮੰਗਦਾ ਪਿਆ ਕੰਮ ਵਾਲੀ ਬਾਜੀ ਵੀ ਨਹੀਂ ਆ ਰਹੀ ਅਤੇ ਮੇਰੀ ਸ਼ਾਮਤ ਆ ਜ ਨਹੀਂ ਕਿਉਂਕਿ ਮੈਂ ਬਾਹਰ ਅੱਗੇ ਗਿਆ ਉੱਥੋਂ ਫੁੱਲ ਫੁੱਲ ਤੋੜੇ ਤੇ ਆ ਵੇਖੋ ਮਿੱਟੀ ਦੇ ਨਾਲ ਭਰ ਭਰ ਕੇ ਪੈਰ ਜਿਹੜੇ ਮੇਰੇ ਲੱਗ ਗਏ ਨੇ ਅਤੇ ਮੈਨੂੰ ਲੱਗਦਾ ਪਿਆ ਅੱਜ ਮੇਰੀ ਸ਼ਾਮਤ ਆਉਣ ਵਾਲੀ ਫਿਰ ਦੁਬਾਰਾ ਕਿਉਂਕਿ ਬਾਜੀ ਤੇ ਜਿਹੜੀ ਚਾਂਦਰਾ ਤੋਂ ਬਾਅਦ ਆਈ ਨਹੀਂ ਬਾਜੀ ਤੇ ਬਾਜੀ ਐਵੇਂ ਮੂੰਹ ਬਾਜੀ ਨੇ ਮੂੰਹ ਇੰਝ ਜ਼ਿਆਦਾ ਲੁਕੋਇਆ ਜਿਵੇਂ ਜਿਹੜਾ ਨਾ ਉਹ ਚੰਦ ਨਹੀਂ ਲੁਕਾਉਂਦਾ ਜਿਵੇਂ ਕਈ ਵਾਰੀ 29ਵੇਂ ਰੋਜ਼ੇ ਚੰਦ ਨਹੀਂ ਨਾ ਨਿਕਲ ਰਿਹਾ ਹੁੰਦਾ ਉਹ ਕਹਿੰਦਾ ਨਹੀਂ 30 ਰੋਜ਼ੇ ਕਰਕੇ ਬਾਜੀ ਐਵੇਂ ਗੈਪ ਹੋ ਗਈ 29ਵੇਂ ਰੋਜ਼ਾ ਸਮਝ ਕੇ ਗੈਪ ਹੋ ਗਈ ਹੁਣ 30ਵਾਂ ਆਉਣ ਦਾ ਨਾਂ ਹੀ ਨਹੀਂ ਲੈਣ ਬਾਜੀ ਪੂਰਾ ਲੌਂਗ ਟਰਮ ਵਾਸਤੇ ਗੈਪ ਹੋ ਗਈ ਅਤੇ ਬਾਜੀ ਨੂੰ ਲੱਭਣ ਵਾਸਤੇ ਨਾ ਉਹ ਇੱਕ ਹੋਰ ਇੱਥੋਂ ਗਲੀ 'ਚ ਆਂਟੀ ਉਹ ਵੀ ਆ ਕੇ ਪੁੱਛ ਰਹੀ ਸੀ ਕਹਿੰਦੀ ਬਾਜੀ ਆਈ ਕਿ ਨਹੀਂ ਮੈਂ ਕਹਿੰਦਾ ਬਾਜੀ ਲੌਂਗ ਟਰਮ ਦੀਆਂ ਛੁੱਟੀਆਂ 'ਤੇ ਗਈ ਬਾਜੀ ਕਿਤੇ ਨਾ ਨਾਨਕਾ ਘਰ ਵਾਲੇ ਪਾਸੇ ਨਾ ਆਪਦਾ ਵੀਕਐਂਡ ਲੌਂਗ ਵੀਕਐਂਡ ਬਣਾਉਣ ਵਾਸਤੇ ਗਈ ਹੈ ਉਹ ਲਾ ਦਿਓ ਬੰਦੇ ਉਹ ਨਾਸ਼ਤਾ ਨਹੀਂ ਕੀਤਾ ਅਜੇ ਤੱਕ ਫਰੂਟ ਚਾਟ ਤੂੰ ਨਹੀਂ ਉਹ ਕੋਈ ਚਾਰ ਪਰੌਂਠੇ ਪਰੂੰਠੇ ਲਾਓ ਵਾਲਾ ਵਾਲੇ ਇੱਥੇ ਵੇਖੋ ਫਰੂਟ ਚਾਟ ਕੋਈ ਚਾਰ ਪਰੌਂਠੇ ਲਾਓ ਇੱਥੇ ਕੋਈ ਪੰਜ ਸੱਤ ਆਂਡੇ ਫਰਾਈ ਕਰੋ ਅੱਜ ਤੁਸੀਂ ਪਰੌਂਠਾ ਬਣਾਓ ਛੋਟੇ ਪਰੌਂਠੇ ਮਿੰਨੀ ਪਰੌਂਠੇ ਜਿਵੇਂ ਆਪਣਾ ਮਿੰਨੀ ਫੈਮਿਲੀ ਹੈ ਨਾ ਐਵੇਂ ਤੁਸੀਂ ਮਿੰਨੀ ਪਰੌਂਠੇ ਬਣਾਉਣੇ ਨੇ ਇੰਨੇ ਸਿਰਫ ਇੰਨੇ ਨੇ ਠੀਕ ਹੈ ਇੰਨੇ ਨੇ ਮਿੰਨੀ ਪਰੌਂਠੇ ਉਹ ਪਰੌਂਠੇ ਨਹੀਂ ਪਰਾਂਠੇ ਪਰਾਂਠੇ ਨਹੀਂ ਪਰਾਂਠੇ ਮਿੰਨੀ ਪਰਾਂਠੇ ਅਤੇ ਉਹ ਜਿਹੜੇ ਨਾ ਵਲਾਂ ਵਾਲੇ ਕ੍ਰਿਸਪੀ ਜਿਹੇ ਕਰਕੇ ਬਣਾਓ ਤੁਸੀਂ ਅਤੇ ਦੋ ਮੈਂ ਪੂਰੇ ਖਾਵਾਂਗਾ ਇਨਸ਼ਾਅੱਲਾ ਅਲਹਮਦੁਲਿਲਾ ਗਰੰਟਿਡ ਦੋ ਖਾਵਾਂਗਾ ਟੈਨਸ਼ਨ ਨਹੀਂ ਸਾਢੇ ਕੁ 3 ਹੋਏ ਤੂੰ ਯਾਰ ਆਪਾਂ ਨਾਸ਼ਤਾ ਹੀ ਕੀਤਾ ਤੇ ਆਪਣੇ ਵਾਸਤੇ ਤੇ ਇਹੀ ਹੈ ਨਾ ਉਹ ਨਾਸ਼ਤਾ ਜਦੋਂ ਆਪਾਂ ਕੀਤਾ ਨਹੀਂ ਆ ਤਾਂ ਆਪਾਂ ਨਾਸ਼ਤਾ ਕੀਤਾ ਹੋਵੇ ਤਾਂ ਆਪਣਾ ਗੱਲ ਕਰੀਏ ਠੀਕ ਹੈ ਇਹ ਗੱਲ ਆਪਣੇ ਮਾਸ਼ਾਅੱਲਾ ਮੂੰਹ ਤੇ ਸੂਟ ਨਹੀਂ ਕਰਦੀ ਇਹ ਬੜਾ ਅੱਖਾਂ ਨਾਲ ਸਹਿਮਤਾ ਮਾਰਦੀ ਪੇਟ ਵਰਗੇ ਆਉਂਦੇ ਸੀ ਬੱਕਰੀ ਵਰਗੇ ਹੋ ਗਏ ਕਿਉਂ ਪੇਟ ਦੇ ਆਉਂਦੇ ਮੋਟੇ ਹੁੰਦੇ ਨੇ ਬਿੱਲੀਆਂ ਬਿੱਲੀਆਂ ਅੱਖਾਂ ਤੇਰੀਆਂ ਲਸ਼ਕਾਂ ਮਾਰ ਰਹੀਆਂ ਚੋ ਸੋਹਣੀਆਂ ਹੋਰ ਕੀ ਹੈ ਸ਼ਾਦੀ ਤੇ ਗਏ ਸ਼ਾਦੀ ਹਰਿਆਣਾ ਦੀ ਸ਼ਾਦੀ ਸੀ ਸ਼ਾਦੀ ਹਾਲ ਚ ਬੈਠੇ ਤੇ ਧੁੱਪ ਸੀ ਸਾਹਮਣੇ ਤੋਂ ਮੈਂ ਤਾਂ ਸੂਟ ਪਾਇਆ ਮੈਂ ਗੋਲਡਨ ਗਿਆ ਤੇ ਭਰਜਾਈ ਕਹਿੰਦੀ ਹੈ ਬਾਜੀ ਬਾਜੀ ਮੈਂ ਹਾਂਜੀ ਇਹ ਲੈਂਸ ਕਿਵੇਂ ਦਿਲਾਈ ਮੈਂ ਕਿਹਾ ਕਿਹੜੇ ਲੈਂਸ ਅਲੈ ਝੂਠ ਵੇਖ ਬੋਲਦੀ ਮੈਂ ਕਿਹਾ ਪਾਗਲੇ ਜਾਣਦੀ ਆ ਆਪਦੇ ਬੰਦੇ ਦੀ ਅੱਖਾਂ ਵੇਖੀਆਂ ਜਾਂ ਵੇਖੀਆਂ ਤੇ ਫਿਰ ਮੈਂ ਕਿਹਾ ਮੈਨੂੰ ਕਿਉਂ ਪੁੱਛਣੀ ਉਹਨੂੰ ਪੁੱਛ ਵੀ ਲੈਂਸ ਲਾਈ ਅੱਖਾਂ ਸਾਡੀ ਸਾਰੀ ਫੈਮਿਲੀ ਦੇ ਆਲਮੋਸਟ ਸਾਰੀ ਦੇ ਬ੍ਰਾਂਡ ਤੁਸੀਂ ਮੇਰੇ ਵੇਖਣੇ ਡੇਲੇ ਇਹ ਤੇਰੇ ਨਹੀਂ ਹੁੰਦੇ ਬਰਾਊਨ ਮੇਰੇ ਬਰਾਊਨ ਨੇ ਮੇਰੇ ਡੇਲੇ ਖੋਲ ਕੇ ਕੱਟਣਾ ਇਹ ਐ ਚੈੱਕ ਕਰੋ ਤੁਸੀਂ ਨਸ਼ੀਲੀਆਂ ਅੱਖਾਂ ਚੀਨੀ ਪਾਈ ਮੈਂ ਅੱਖਾਂ ਚ ਮਿੱਠੀਆਂ ਮਿੱਠੀਆਂ ਖਾਲੀ ਢਿੱਡ ਹੱਸ ਹੱਸ ਕੇ ਨਾ ਮੇਰਾ ਕੋਈ ਸੜਦਾ ਏ ਤੇ ਸੜੇ ਕੋਈ ਲੜਦਾ ਏ ਤੇ ਲੜੇ ਜਦੋਂ ਇਹਦੇ ਵਿਆਹ ਕਰਨਾ ਮੈਂ ਕਰਨਾ ਨੇ ਪੰਜ ਕੱਟੇ ਨਹੀਂ ਕੱਟੇ ਨਹੀਂ ਕਰਨੇ ਆਪਾਂ ਕੱਟੇ ਨਹੀਂ ਕਰਨੇ ਆਪਾਂ ਛਿੱਤਰ ਮੁਰਗ ਕਰਾਂਗੇ ਆਪਾਂ ਛਿੱਤਰ ਮੁਰਗ ਛਿੱਤਰ ਮੁਰਗ ਕਰਨਾ ਛਿੱਤਰ ਮੁਰਗ ਛਿੱਤਰ ਮੁਰਗ ਨਹੀਂ ਛਿੱਤਰ ਮੁਰਗ ਛਿੱਤਰ ਮੁਰਗ ਕਰੀ ਜਾਂਦੇ ਭਾਵੇਂ ਸਭ ਲੈ ਚੁੱਟ ਜਾਵੇ ਚਲੋ ਜੀ ਬੱਤੀ ਆ ਗਈ ਅੱਲਾ ਖੈਰ ਕਰੇ ਤੇ ਬਾਕੀ ਕੁੰਜ ਲਓ ਭਾਂਡੇ ਭੂੰਡੇ ਮੈਂ ਨਹਾਵਾਂ ਪਹਿਲੇ ਮੇਰੇ ਕੱਪੜੇ ਇਸਤਰੀ ਕਰ ਦਿਓ ਉਸ ਤੋਂ ਬਾਅਦ ਫਿਰ ਮੈਨੂੰ ਨਾਸ਼ਤਾ ਬਣਾ ਦਿਓ
ਓਕੇ ਕਿਉਂ ਯਾਰ ਮੈਂ ਰਾਤੀ ਹੁਣ ਪਾਏ ਸੀ ਤੇ ਹੁਣ ਉਹੀ ਪਾਲਣਾ ਦੁਬਾਰਾ ਗ੍ਰੀਨ ਗ੍ਰੀਨ ਚ ਓਕੇ ਕਰੋ ਜੀ ਓਕੇ ਕਰੋ ਕਸਤੂਰੀ ਕਸਤਾਰੀ ਪੱਕ ਰਹੀ ਹੈ ਸਾਦਾ ਜੀ ਸਾਲਾਂ ਨੇ ਚਾਰ ਮਿਰਚਾਂ ਪਾਈਆਂ ਪਿਆਜ਼ ਲਸਣ ਪਾਇਆ ਚਲੋ ਜਲਦੀ ਜਲਦੀ ਪਕਾਓ ਤੇ ਮੈਂ ਜਿਹੜਾ ਨਾ ਹਵਾਲ ਵਾਲਾ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਇਸ ਟਾਈਮ ਮਿੰਟ ਮਾਰੋ ਹੁਣ ਬਸ ਰੋਟੀ ਤਿਆਰ ਕਰ ਕੰਮ ਖਰਾਬ ਹੋ ਗਿਆ ਵਾ ਜੀ ਬਾਰਿਸ਼ ਦੇ ਪਾਣੀ ਤੋਂ ਬਾਅਦ ਜਿਸ ਟਾਈਮ ਮੈਨੂੰ ਖਾਰਿਸ਼ ਨਹੀਂ ਸੀ ਹੁੰਦੀ ਮਤਲਬ ਮੈਨੂੰ ਹੁਣ 1-2 ਸਾਲ ਹੋ ਗਏ ਬਾਰਿਸ਼ ਦੇ ਵਿੱਚ ਮੈਂ ਨਹੀਂ ਤੇ ਮੈਂ ਨਹਾਤਾ ਨਹੀਂ ਗਾ ਬਾਰਿਸ਼ ਦੇ ਵਿੱਚ ਮੈਂ ਸਿਰਫ ਬਾਹਰ ਗਿਆ ਮੈਂ 2 ਘੰਟੀਆਂ ਡਿੱਗੀਆਂ ਨੇ ਉਦੋਂ ਤਾਂ ਖੁਸ਼ ਨਹੀਂ ਹੈ ਮੈਂ ਹੁਣ ਨਹਾਤਾ ਵਾ ਸ਼ਾਵਰ ਲਿਆ ਤੇ ਹੁਣ ਮੈਨੂੰ ਖਾਰਿਸ਼ ਹੋਣਾ ਸ਼ੁਰੂ ਹੋ ਗਈ ਹਲਕੀ ਹਲਕੀ ਇਹ ਹੋਰ ਵੀ ਕਿਸੇ ਨਾਲ ਮਸਲਾ ਹੁੰਦਾ ਯਾਰ ਬਾਰਿਸ਼ ਦੇ ਪਾਣੀ ਤੋਂ ਬਾਅਦ ਹਾਂਜੀ ਮੇਰੇ ਹੁਣ ਖਾਰਿਸ਼ ਹੋਣ ਲੱਗ ਗਏ ਮਤਲਬ ਅਜੀਬ ਜੀ ਉਲਝਣ ਜੀ ਨਾ ਖਾਰਿਸ਼ ਨਾ ਹੋਰ ਉਹ ਖੁਜਲੀ ਜੀ ਹੋਣ ਲੱਗ ਪਈ ਹੈ ਤੇ ਉਹ ਬੰਦੇ ਨੂੰ ਚਿੜ ਜੀ ਚੜਦੀ ਹੈ ਉਹ ਸਾਰੇ ਮਤਲਬ ਬੋਡੀ 'ਤੇ ਹੋਣ ਲੱਗ ਗਿਆ ਪਤਾ ਨਹੀਂ ਕੀ ਸੀਨ ਹੈ ਬਾਰਿਸ਼ ਦੇ ਪਾਣੀ ਤੋਂ ਬਾਅਦ ਨਾ ਮੈਨੂੰ ਹੁੰਦਾ ਅੱਗੇ ਬਾਰਿਸ਼ ਦੇ ਪਾਣੀ ਹੁੰਦਾ ਲੇਕਿਨ ਹੁਣ ਬਾਰਿਸ਼ ਦੇ ਵਿੱਚ ਕੁਛ ਨਹੀਂ ਹੋਇਆ ਹਲਕਾ ਜਿਹਾ ਮੈਂ ਬਾਰਿਸ਼ ਵਿੱਚ ਗਿਆ ਲੇਕਿਨ ਉਸ ਬਾਅਦ ਹੁਣ ਸ਼ਾਵਰ ਲਿਆ ਸ਼ਾਵਰ ਲੈਣ ਤੋਂ ਬਾਅਦ ਹੋਣ ਲੱਗਿਆ ਪਤਾ ਨਹੀਂ ਅਜੀਬ ਸੀਨ ਹੈ ਤੁਸੀਂ ਸੇਬ ਕੱਟੀ ਜਾਂਦੇ ਜੀ ਵਿੱਚ ਸਲਾਦ ਦੇ ਇਹ ਕੀ ਤਰੀਕਾ ਵੀ ਮਤਲਬ ਸਲਾਦ ਦੇ ਵਿੱਚ ਤੁਸੀਂ ਸੇਬ ਕੱਟ ਦਿੱਤਾ ਥੋੜੀ ਜੀ ਗ੍ਰੇਵੀ ਰੱਖਣਾ ਤੇ ਤੁਸੀਂ ਫੇਰ ਜਿਹੜਾ ਸਾਲਣਾ ਕਿੱਥੇ ਗ੍ਰੇਵੀ ਹੈ ਐਵੇਂ ਦੀ ਗ੍ਰੇਵੀ ਠੀਕ ਹੈ ਚਲੋ ਜੀ ਖਾਣਾ ਖਾ ਲਈਏ ਪਾਣੀ ਦਾ ਗਲਾਸ ਕਿੱਥੇ ਤੁਹਾਡੇ ਹੱਥ ਦੇ ਵਿੱਚ ਟੇਸਟ ਹੈ ਕਿ ਨਹੀਂ ਅੱਜ ਮੈਂ ਤੁਹਾਨੂੰ ਦੱਸਦਾ ਅੱਜ ਓਨੈਸਟ ਰਿਵਿਊ ਦੇਣਾ ਸ਼ੁਕਰ ਅਲਹਮਦੁਲਿਲਾ ਖਾਣਾ ਵਗੈਰਾ ਖਾ ਲਿਆ ਮਾਂ ਜੀ ਤੁਸੀਂ ਫਿਰ ਥੋੜ੍ਹਾ ਜਿਹਾ ਸਾਲਨ ਛੱਡ ਦਿੱਤਾ ਵਿੱਚ ਤੇ ਹੁਣ ਜਿਹੜਾ ਨਾ ਜਲਦੀ ਜਲਦੀ ਚਾਹ ਬਣਾ ਦਿਓ ਬਹੁਤ ਜ਼ਿਆਦਾ ਤਲਬ ਹੋ ਰਹੀ ਹੈ ਚਾਹ ਦੀ ਕਿਉਂਕਿ ਅੱਜ ਬਾਹਰ ਤਾਂ ਜਾਣ ਵਾਲਾ ਕੋਈ ਹਾਲ ਨਹੀਂ ਬਾਹਰ ਬਾਰਿਸ਼ ਨਹੀਂ ਰੁੱਕ ਰਹੀ ਬਾਰਿਸ਼ ਪਈ ਜਾ ਰਹੀ ਮੁਸਲਸਲ ਅਤੇ ਇਸ ਸਪਰਾਈਟ ਨਾ ਪੀਤੀ ਜਾਓ 7-Up ਅਤੇ ਚਾਹ ਵਾਲਾ ਹਿਸਾਬ ਲਾਓ ਕੋਈ ਚਾਹ ਲਾ ਕਿਉਂਕਿ ਚਾਹ ਤੋਂ ਬਗੈਰ ਨਾ ਜ਼ਿੰਦਗੀ ਅਵਾਸਾਰ ਜੀ ਹੋਈ ਪਈ ਹੈ ਕਿਉਂਕਿ ਚਾਹ ਪੀਤੀ ਹੋਈ ਸਿਰਫ ਰਾਤ ਦੀ ਸੁਬਹਾ ਦਾ ਨਾਸ਼ਤਾ ਵੀ ਹੁਣ ਕੀਤਾ ਅਸਰ ਦੇ ਟਾਈਮ 'ਤੇ ਹੁਣ ਨਾਸ਼ਤਾ ਕੀਤਾ ਅਤੇ ਬਾਰਿਸ਼ ਸ਼ੁਰੂ ਕਰਨ ਦਾ ਕੋਈ ਨਾ ਮਿਲ ਜਾ ਰਹੀ ਮੈਂ ਸੋਚ ਰਿਹਾ ਸੀ ਕਿ ਮੈਂ ਬਾਹਰ ਜਾਵਾਂ ਛੋਟਾ ਜਿਹਾ ਇੱਕ ਕੰਮ ਸੀ ਅਤੇ ਸੁਬਹਾ ਕਿਉਂਕਿ ਨਿਕਲਣਾ ਸੀ ਇੱਕ ਜਗ੍ਹਾ 'ਤੇ ਜਾਣਾ ਸੀ ਪਿੰਡ ਜਾਣਾ ਸੀ ਅਤੇ ਨਾ ਤਾਂ ਮੈਂ ਈਦ 'ਤੇ ਵਾਲ ਕਟਵਾਏ ਨਾ ਮੇਰੀ ਦਾੜੀ ਉਤਰੀ ਅਤੇ ਮੈਂ ਕਿਹਾ ਚਲੋ ਬਾਹਰ ਜਾਂਦੇ ਨਾਲੇ ਵਾਲ ਕਟਵਾ ਲੈਂਦੇ ਦਾੜੀ ਵਗੈਰਾ ਕਰਵਾ ਲੈਂਦੇ ਅਤੇ ਲੇਕਿਨ ਬਾਹਰ ਜਾਣ ਵਾਲਾ ਕੋਈ ਹਾਲ ਨਹੀਂ ਜਨਾਬ ਜੀ ਕਿਉਂਕਿ ਬਾਰਿਸ਼ 'ਤੇ ਰੁਕਣ ਦਾ ਕੋਈ ਨਾਮ ਨਹੀਂ ਲੈ ਰਹੀ ਬਾਰਿਸ਼ ਹੋਈ ਜਾ ਰਹੀ ਹੈ ਅਤੇ ਮੁਸਲਸਲ ਹੋਈ ਜਾ ਰਹੀ ਇਹ ਚੱਕ ਬਾਰਿਸ਼ ਨੇ ਅੱਜ ਬਸ ਠਾਣ ਲਈ ਬਾਰਿਸ਼ ਨੇ ਕਿਹਾ ਕਿ ਪੁੱਤਰ ਜੀ ਤੂੰ ਜਿੱਦਾਂ ਪਲੈਨ ਕਰਨਾ ਕਿਤੇ ਜਾਣ ਦਾ ਕੁਛ ਕਰਨ ਦਾ ਠੀਕ ਹੈ ਵਾਲਾਂ ਵਾਲਾ ਜਿਹੜਾ ਖਾਸ ਤੌਰ 'ਤੇ ਵਾਲਾਂ ਵਾਲਾ ਠੀਕ ਹੈ ਉਦਣ ਟਾਈਮ ਨਹੀਂ ਲੱਭਿਆ ਮੈਂ ਬਹੁਤ ਚੱਕਰ ਮਾਰੇ ਜਿਹੜੇ ਵਾਰ ਵਾਰ ਠੀਕ ਹੈ
ਉਹ ਚੱਕਰ ਮਾਰ ਮਾਰ ਕੇ ਉੱਧਰ ਮੈਂ ਥੱਕ ਕੇ ਹਾਰ ਕੇ ਮੈਂ ਕਿਹਾ ਰਾਤ ਦੇ 3 ਵੱਜ ਗਏ ਸੀ, ਮੈਂ ਕਿਹਾ ਨਹੀਂ ਹੁਣ ਕਟਵਾਉਣੇ ਨਹੀਂ ਮੈਂ ਵਾਲ, ਅਤੇ ਅੱਜ ਜਿਹੜਾ ਅੱਜ ਬਾਰਿਸ਼ ਨਹੀਂ ਰੁਕਣ ਦਾ ਨਾਮ ਲਿਆ ਰਹੀ, ਮਤਲਬ ਨਮਾਜ਼ ਮੈਂ ਪੜ੍ਹ ਲਈ, ਨਮਾਜ਼ ਮੈਂ ਅਸਰ ਦੀ ਪੜ੍ਹ ਲਈ ਹੈ, ਠੀਕ ਹੈ, ਇਨਸ਼ਾਅੱਲਾ ਮੈਂ ਦੁਆ ਕੀਤੀ ਹੈ, ਨਮਾਜ਼ ਪੜ੍ਹ ਕੇ ਮੈਂ ਦੁਆ ਕੀਤੀ ਹੈ ਕਿ ਬਾਰਿਸ਼ ਰੁਕੇ, ਕਿਉਂਕਿ ਇਸ ਟਾਈਮ ਜਿਹੜਾ ਨਾ ਫਸਲਾਂ ਪੱਕੀਆਂ ਪਈਆਂ ਨੇ ਅਤੇ ਉਹਨਾਂ ਵਾਸਤੇ ਬਾਰਿਸ਼ ਬਹੁਤ ਜ਼ਿਆਦਾ ਨੁਕਸਾਨਦੇਹ, ਅਤੇ ਦੁਆ ਮੈਂ ਕੀਤੀ ਹੈ ਅਤੇ ਹੁਣ ਤੁਸੀਂ ਮੈਨੂੰ ਚਾਹ ਬਣਾ ਦਿਓ ਅਤੇ ਮੈਂ ਬਣਾਵਾਂ, ਗੈਸ ਚੈੱਕ ਕਰੀਏ ਗੈਸ ਆਈ ਹੈ ਕਿ ਨਹੀਂ, ਕਾਹੇ ਨਹੀਂ ਗੈਸ ਕਾਹੇ ਨਹੀਂ ਆਈ, ਠੀਕ ਹੈ, ਅਤੇ ਹੁਣ ਮੈਨੂੰ ਲੱਗਦਾ ਫਿਰ ਚਾਹ ਮੈਨੂੰ ਹੀ ਬਣਾਉਣੀ ਪਏਗੀ, ਚਾਹ ਬਣਾਈਏ ਅਤੇ ਚਾਹ ਪੀਏ ਅਤੇ ਉਸ ਤੋਂ ਬਾਅਦ ਅਗਲੇ ਕੰਮ, ਹਾਂ ਦੁੱਧ ਬਾਹਰ ਨਹੀਂ ਪਿਆ ਹੋਇਆ, ਅਗਲੇ ਕੰਮ ਸਾਰੇ ਬਾਅਦ ਦੇ ਵਿੱਚ, ਕਿਉਂਕਿ ਚਾਹ ਇਸ ਟਾਈਮ ਮੇਨ ਪ੍ਰਾਇਓਰਿਟੀ 'ਤੇ ਆ, ਚਾਹ ਤੋਂ ਬਗੈਰ, ਹਾਂਜੀ ਫਿਰ ਰੋਜ਼ ਮੈਂ ਹੀ ਬਣਾਉਂਦਾ ਇਹ, ਅੱਛਾ ਡਸਟਿੰਗ, ਵਾਹ ਜੀ ਵਾਹ, ਠੀਕ ਹੈ, ਚਾਹ ਰੋਜ਼ ਮੈਂ ਹੀ ਬਣਾਉਂਦਾ, ਹਨੇਰੀ ਨੇ ਮੱਤ ਮਾਰੀ ਵੀ, ਤੁਹਾਨੂੰ ਹਨੇਰੀ ਨੇ ਤਾਂ ਹੁਣ ਮੱਤ ਮਾਰ ਨਹੀਂ ਮਾਰ ਰਹੀ ਸੀ, ਹੁਣ ਮਿੱਟੀ 'ਤੇ ਖਿਲਰ ਨਹੀਂ ਖਿਲਰ ਸੀ, ਆਹ ਵੇਖੋ ਤੁਹਾਡੇ ਮੂੰਹ 'ਤੇ ਤਾਂ ਮਿੱਟੀ ਪਈ ਹੋਈ, ਚੈੱਕ ਕਰੋ ਮਿੱਟੀ ਹੋਇਆ ਪਿਆ, ਵੇਖੋ ਹਨੇਰੀ ਨਾਲ ਆਪਦੇ ਮੂੰਹ ਵਾਰੀ ਜਾ ਪਰੇ ਹੈ, ਅਤੇ ਆਪਦੇ ਮੂੰਹ ਵਾਰੀ ਜਾ ਪਰੇ ਅਤੇ ਘਰੇ ਮਿੱਟੀ ਮਿੱਟੀ ਆਇਆ ਪਿਆ, ਵਾਹ ਜੀ ਵਾਹ, ਕਿਆ ਕਿਆ ਬਾਤ ਹੈ, ਕਿਆ ਬਾਤ ਹੈ, ਲਓ ਜੀ ਚਾਹ ਆਪਣੀ ਤਿਆਰ ਹੋ ਗਈ, ਮਾਸ਼ਾ ਮਾਂ ਜੀ ਉੱਠੋ, ਚਾਹ ਤੁਹਾਡੀ ਦੇਖੋ ਬਾਲੇ ਦੇ ਬਾਲੇ ਖਾਧੀ ਜਾ ਰਹੀ ਹੈ, ਠੰਡੀ ਹੋ ਜਾਵੇ, ਲਸ਼ਕਾਂ ਮਾਰ ਰਹੀ ਹੈ ਚਾਹ, ਠੀਕ ਹੈ, ਚਾਹ ਆਪਣੀ ਪੱਕ ਕੇ ਤਿਆਰ ਹੋ ਗਈ, ਹੁਣ ਚਾਹ ਸ਼ਾਹ ਪੀਣੀ ਹੈ ਅਤੇ ਚਾਹ ਤੋਂ ਪੀਣ ਤੋਂ ਬਾਅਦ ਫਿਰ ਤੁਸੀਂ ਉੱਠ ਕੇ ਨਮਾਜ਼ ਪੜ੍ਹੋ, ਸੱਚ ਮੈਂ ਨਮਾਜ਼ ਪੜ੍ਹ ਲਈ, ਤੁਹਾਡੀ ਨਮਾਜ਼ ਰਹਿੰਦੀ ਹੈ ਅਸਰ ਦੀ, ਸਬਰ ਸਬਰ ਨਮਾਜ਼ ਦੇ ਵਿੱਚ ਕੋਈ ਸਬਰ ਨਹੀਂ ਹੈ, ਉਹ ਨਿਕਲ ਗਈ ਨਿਕਲ ਗਈ ਨਿਕਲ ਗਈ, ਅਜ਼ਾਨ ਇੱਥੇ ਹੁਣ ਅਜ਼ਾਨਾਂ ਹੁੰਦੀਆਂ ਰਹਿਣੀ, ਅਜ਼ਾਨਾਂ ਹੁੰਦੀਆਂ ਨੂੰ ਘੰਟਾ ਹੋ ਗਿਆ, ਘੰਟਾ ਪਹਿਲੇ ਦੀ ਅਜ਼ਾਨਾਂ ਹੋ ਰਹੀਆਂ, ਇੱਥੇ ਅਜ਼ਾਨਾਂ ਹੁੰਦੀਆਂ ਰਹਿਣੀਆਂ, ਅੱਜ ਕਿਹੜਾ ਕਿਹੜਾ ਬੰਦਾ ਫਿਰ ਬਾਰਿਸ਼ ਦੇ ਮੌਸਮ ਦੇ ਵਿੱਚ ਪਕੌੜੇ ਕੱਢ ਕੇ ਅਤੇ ਜਲੇਬੀਆਂ ਕੱਢ ਕੇ ਖਾ ਰਿਹਾ, ਜਲੇਬੀਆਂ ਮੇਰਾ ਬਹੁਤ ਦਿਲ ਕਰ ਰਿਹਾ, ਲੇਕਿਨ ਇਹ ਹੈ ਕਿ ਬਾਹਰ ਨਹੀਂ ਜਾ ਸਕਦਾ, ਬਾਰਿਸ਼ ਦੇ ਬਾਰਿਸ਼ ਦੇ ਵਿੱਚ ਮੈਂ ਜਾਣਾ ਭਿੱਜ, ਆਉਂਦਿਆਂ ਦੀਆਂ ਜਲੇਬੀਆਂ ਹੋ ਜਾਣੀਆਂ ਠੰਡੀਆਂ, ਅਤੇ ਨਹੀਂ ਵਾਹ ਜੀ ਵਾਹ, ਵਾਹ ਜੀ ਵਾਹ, ਆਉਂਦੇ ਆਉਂਦੇ ਮੇਰੀਆਂ ਜਲੇਬੀਆਂ ਬਣ ਜਾਣੀਆਂ ਨੇ, ਛਾਤਾ ਲੈ ਜਾ, ਛਾਤਾ ਲੈ ਕੇ ਅਤੇ ਮੋਟਰਸਾਈਕਲ ਕਿਹਨੇ ਚਲਾਉਣੀ, ਛਾਤਾ ਲੈ ਕੇ ਛਾਤਾ ਤੋਂ ਹੈ, ਵਾਹ 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 ਵਾਹ, ਧੋਣ ਨਾਲ ਬੰਨ ਲਵਾਂ ਛਾਤਾ ਹੁਣ, ਹੈ ਮੈਂ ਇੱਥੇ ਫਿਰ ਇੰਝ ਕਰਕੇ ਨਾ ਇੰਝ ਕਰਕੇ ਰੱਸੀ ਮਾਰ ਲੈਣਾ ਇੰਝ ਧੋਣ ਦੇ ਨਾਲ, ਅਤੇ ਜਦੋਂ ਮੋਟਰਸਾਈਕਲ ਦੇ ਵਾਰ ਤੇਜ਼ ਪਵੇ ਤਾਂ ਛਾਤਾ ਪਿੱਛੇ ਨੂੰ ਜਾਵੇ ਤਾਂ ਛਾਤਾ ਮੈਨੂੰ ਖਿੱਚ ਕੇ ਲੈ ਜਾਵੇ, ਹੈ ਤੁਸੀਂ ਕਹਿੰਦੇ ਕਿ ਮੁੰਡਾ ਕਿਸੇ ਨਾ ਕਿਸੇ ਜੱਬ ਨੂੰ ਪਿਆ ਹੀ ਰਹੇ, ਨਾ ਜੀ ਮੇਰਾ ਕੋਈ ਸ਼ਾਇਰ ਕਿਸੇ ਸ਼ਾਇਰ ਨੂੰ ਦਿਲ ਨਹੀਂ ਕਰ ਰਿਹਾ, ਮੈਂ ਸਿਰਫ ਚਾਹ ਪੀਣੀ ਬਸ, ਹਾਂਜੀ ਅਤੇ ਦੋਸਤ ਦਾ ਮੈਨੂੰ ਅਚਾਨਕ ਜੇ ਫੋਨ ਆਇਆ, ਕਹਿੰਦੇ ਜੀ ਸੁਬਾਹ ਤੁਸੀਂ ਛੱਡ ਕੇ ਚਲਾ ਗਿਆ, ਮਤਲਬ ਰਾਤ ਮੈਂ ਆ ਗਿਆ ਸੀ 4 ਵਜੇ, ਕਹਿੰਦੇ ਤੁਸੀਂ ਛੱਡ ਕੇ ਆ ਗਿਆ ਸੀ, ਠੀਕ ਹੈ, ਅਤੇ ਜਿਹੜਾ ਹੈ ਨਾ ਹੁਣ ਮੀਟਅਪ ਦਾ ਕੀ ਪਲਾਨ, ਮੈਂ ਕਿਹਾ ਯਾਰ ਬਾਹਰ ਤਾਂ ਬਾਰਿਸ਼ ਹੋਣ ਡਈ ਹੈ, ਮੀਟਅਪ ਮੈਂ ਕਿੱਥੇ ਤੁਹਾਡੇ ਨਾਲ ਕਰਾਂ, ਬਾਹਰ ਬਾਰਿਸ਼ ਹੋਣ ਡਈ ਹੈ, ਬਾਈਕ ਦੇ ਉੱਤੇ ਮੈਂ ਆਇਆ ਅਤੇ ਮੈਂ ਤਾਂ ਭੇਜ ਜਾਣਾ, ਮੈਂ ਸਕੂਟਰ ਵਾਲਾ ਬੰਦਾ, ਠੀਕ ਹੈ, ਤੁਸੀਂ ਗੱਡੀਆਂ ਵਾਲੇ ਜੀ ਤੁਸੀਂ ਆ ਜਾਓ, ਹਾਂਜੀ ਸੁਣਾਓ, ਅਤੇ ਮੈਨੂੰ ਇੱਥੇ ਬੈਠੋ ਦੱਸ ਦਿਓ ਤੁਸੀਂ, ਲੋ ਇਹ ਕਿੰਨਾ ਦੇ ਘਰ ਯਾਰ, ਇਹ ਇੰਜ ਨਾ ਇੰਜ ਸੇਮ ਅਨੀਸ ਨੀ ਜਿਹੜਾ ਮੇਰਾ ਬਿੱਲੀ, ਉਹ ਇੰਜ ਕਰਦਾ, ਉਹਨਾਂ ਨਾਲ ਤੁਸੀਂ ਕੋਈ ਗੱਲ ਕਰਨ ਲੱਗੋਗੇ, ਉਹਨਾਂ ਨੇ ਪਤਾ ਕੀ ਕਰਨਾ ਗੱਲ, ਇਹ ਇੱਥੇ ਬੈਠਾ ਹੈ ਨਾ ਜੇ ਇੱਥੇ ਬੈਠਾ ਇੰਜ ਆਪਾਂ ਬੈਠੇ ਗੱਲ ਕਰਨ ਲੱਗੇ, ਅਤੇ ਹੁਣ ਮੈਂ ਤੁਹਾਨੂੰ ਕਿਹਾ ਹਾਂਜੀ ਕੀ ਹਾਲ ਹੈ, ਤਾਂ ਤੁਸੀਂ ਇੱਥੇ ਅਗਰ ਜਵਾਬ ਦੇ ਦਿਓ, ਤੁਸੀਂ ਜਵਾਬ ਦੇਣਾ ਕੀ ਹਾਲ ਚਾਲ ਨੇ, ਮੈਂ ਤੁਹਾਨੂੰ ਜਿਹੜੀ ਗੱਲ ਕਰੀ, ਪਹਿਲਾਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪੁੱਛਣਾ ਕੀ ਹਾਲ ਚਾਲ ਨੇ, ਮੇਰਾ ਹਾਲ ਠੀਕ ਆ, ਉਹਨੇ ਅਗਰ ਤੁਸੀਂ ਇੱਥੇ ਮੂੰਹ ਰੱਖ ਕੇ ਜਵਾਬ ਦਿੱਤਾ ਨਾ, ਤਾਂ ਉਹਨੇ ਤਾਂ ਨਹੀਂ ਗੱਲ ਸੁਣਨਾ, ਹੁਣ ਉਹਨੇ ਕਹਿਣਾ ਹੁਣ ਗੱਲ ਦਾ ਜੇ ਇੰਜ ਮੂੰਹ ਕਰ ਲਿਆ ਹੁਣ ਗੱਲ ਕਰ, ਉਹਨੇ ਕਹਿਣਾ ਜੀ ਕੀ ਹਾਲ ਤਾਂ ਮੈਂ ਠੀਕ ਹੈ, ਅੱਛਾ ਮੇਰੀ ਗੱਲ ਤਾਂ ਸੁਣ, ਅੱਛਾ ਮੇਰੀ ਗੱਲ ਸੁਣ, ਮੂੰਹ ਉਹਨੇ ਆਪਦੇ ਵੱਲ ਮੂੰਹ ਕਰਕੇ, ਇਹ ਤਾਂ ਗੱਲ ਹਾਜੀ ਸਾਹਿਬ ਤੋਂ ਚਲੀ ਗਈ, ਉਹਨੇ ਆਖਣਾ ਕੋਈ ਗੱਲ ਹੋਣੀ ਨਾ, ਅੰਦਰ ਉਹ ਲਿਆਉਣਾ ਕਿਚਨ 'ਚ ਹੋਣਾ, ਕਹਿਣਾ ਕੋਈ ਗੱਲ ਕਰਨੀ, ਉਹਨੇ ਕਹਿੰਦਾ ਮੇਰੇ ਸਾਹਮਣੇ ਹੋ, ਸਾਹਮਣੇ ਹੋ, ਮੈਂ ਕਹਿੰਦਾ ਸਾਹਮਣੇ ਹੋ ਗਿਆ, ਨਹੀਂ ਤੂੰ ਸਾਹਮਣੇ ਹੋ, ਸਾਹਮਣੇ ਹੋ ਗੱਲ ਕਰ, ਉਹ ਅਨੀਸ ਉਹ ਵੀ ਸੇਮ, ਉਹ ਵੀ ਸੇਮ ਇੰਜ ਕਰਦਾ, ਮਤਲਬ ਮੂੰਹ ਉਹਨੇ ਫੜ ਕੇ ਤੁਹਾਡਾ ਮੂੰਹ ਆਪਦੇ ਮੂੰਹ ਵੱਲ ਕਰਕੇ, ਜਿੰਨੀ ਦੇਰ ਤੱਕ ਤੁਹਾਡਾ ਮੂੰਹ, ਤੁਸੀਂ ਉਹਨੂੰ ਕਹਿੰਦਾ ਹਾਂ ਪਰਾਸਨਾ ਨਾ,
ਮੂਹਰੇ ਕਰ, ਉਹਨੇ ਤੁਹਾਡਾ ਮੂੰਹ ਫੜ ਕੇ ਮੂੰਹ ਘੁਮਾ ਕੇ ਨਾ ਪੂਰਾ 360 ਦੇ ਜਾਂਦਾ ਤੁਸੀਂ ਬੜਾ ਵੇਖੋ ਝੜੀ ਵੇਖਣ ਦਾ ਅੰਦਾਜ਼ ਚੈੱਕ ਕਰੋ ਕਿ ਇਧਰੋਂ ਆ ਸ਼ੀਸ਼ੇ ਦੇ ਵਿੱਚੋਂ ਉਹ ਬਾਹਰ ਜਿਹੜਾ ਨਾ ਗ੍ਰਿਲ ਥਾਨੀ ਵੇਖੋ, ਉਧਰ ਗ੍ਰਿਲੇ ਇੱਧਰ ਵਿੰਡੋ ਦਾ ਸ਼ੀਸ਼ਾ, ਇਹਦੇ ਵਿੱਚੋਂ ਬਾਹਰ ਐਕਸਪ੍ਰੈਸ਼ਨ ਵੇਖੋ, 3D ਵਿਊ ਮਾਂ ਜੀ, ਪੂਰਾ 3D ਵਿਊ ਲੈ ਰਹੇ ਨੇ AR VR ਵਾਲਾ ਹੈ। ਕੀ ਚੇਤੇ ਆ ਗਿਆ? ਕੀ ਚੇਤੇ ਕੀ ਆ ਗਿਆ? ਚੇਤੇ ਆਇਆ ਸੀ ਪੂੜੇ। ਪੂੜੇ ਉਹ ਕੀ? ਪੂੜੇ ਪੂੜੇ ਤੂੰ ਵੱਡੀ ਮਾਂ ਨੂੰ ਪੁੱਛੀ ਵੀ ਪੂੜੇ ਕਿਵੇਂ ਪੜਦੇ ਆ ਤੇ ਕਿਵੇਂ ਹੁੰਦੀ ਰੁਟੀਨ, ਮੇਰੇ ਕੋਲ ਹੀ ਬੋਲੀ ਜਾਂਦੀ। ਅੱਛਾ, ਉਹ ਤੈਨੂੰ ਦੱਸੂਗੀ ਸਵਾਰ ਕਿਉਂ ਕਿਵੇਂ ਬਣਦੇ। ਅੱਛਾ, ਕੀ ਹੋਇਆ ਪੂੜਿਆਂ ਨੂੰ? ਇਹੋ ਜਿਹਾ ਮੌਸਮ ਹੋਣਾ ਨਾ ਤੇ ਵੱਡਿਆਂ ਨੇ ਕਹਿਣਾ, ਤਾਏ ਨੇ ਵੀ ਕਹਿਣਾ, ਆਬੇ ਨੇ ਵੀ ਕਹਿਣਾ, ਉਹ ਮਾਂ ਜੀ ਵਿਓ ਐਵੇਂ ਫੈਲ ਜਾਂਦੀਆਂ ਖੇਡੀ ਜਾਂਦੀਆਂ, ਆ ਰੋਟੀਆਂ ਰੁਟੀਆਂ ਨੂੰ ਛੱਡੋ ਖੇੜਾ, ਪੂੜੇ ਬਣਾਓ, ਪੂੜੇ ਪੂੜੇ ਬਣਾਓ, ਉਹ ਖਾਣ ਦੀ ਸ਼ਾਇ ਆ, ਛੇਤੀ ਕਰੋ ਤੇ ਦੇਸੀ ਘਿਓ ਲਾ ਕੇ ਕਸਮੇ ਪਕੌੜੇ ਬਣਨੇ, ਪਕੌੜੇ ਪੂੜੇ ਬਣਨੇ ਦੇਸੀ ਘਿਓ ਵਾਲੇ, ਤੇ ਕਿੰਨੇ ਇੱਕ ਖਾਣਾ ਕਿਸੇ ਨੇ ਚਾਰ ਚਾਰ ਖਾ ਜਾਣੇ। ਤੇ ਅੱਜ ਮੇਰਾ ਜਲੇਬੀ ਨੂੰ ਜੀ ਕਰ ਰਿਹਾ, ਫਿਰ ਅੱਜ ਪੂੜੇ ਹੋ ਜਾਣ, ਮੈਂ ਕਹਿੰਦਾ ਅੱਜ ਐਸੇ ਖੁਸ਼ੀ ਤੇ ਬਾਰਿਸ਼ ਦੇ ਮੌਸਮ ਦੇ ਵਿੱਚ ਫਿਰ ਪੂੜੇ ਹੋ ਜਾਣ, ਮੈਂ ਤਾਂ ਟਰਾਈ ਨਹੀਂ ਕੀਤਾ ਕਿ ਆਪਾਂ ਇੱਥੇ ਜੰਗ ਲੜਨ ਜਾਣਾ, ਆਪਾਂ ਇੱਥੇ ਵਿਹਲੇ ਹੀ ਆ, ਆਪਾਂ ਜੰਗ ਲੜਨ ਜਾਣਾ, ਤਵਾਰ ਤੱਕ ਛੁੱਟੀਆਂ ਟੈਂਸ਼ਨ ਨਹੀਂ ਲੈਣੀ। ਅੱਜ ਤੇ ਵੱਡੀ ਅੰਮੀ ਕੋਲ ਗਏ ਨਾ, ਅੱਛਾ ਉਹਦੋਂ ਉਹਨੂੰ ਕਹਾਂਗੇ ਸਾਨੂੰ ਅੱਜ ਪੂੜੇ ਬਣਾ ਕੇ ਦੇ, ਮੌਸਮ ਅੱਜ ਬਾਰਿਸ਼ ਵਾਲਾ ਤੇ ਹੁਣ ਪੂੜੇ ਆਪਾਂ ਉੱਥੇ ਧੁੱਪ ਨਿਕਲੀ ਹੋਵੇ, ਉਧਰ ਗੋਡੇ ਗੋਡੇ ਹੈ ਤੇ ਉੱਥੇ ਧੁੱਪ ਚਿਲਕਦੀ ਹੋਵੇ, ਉਧਰ ਸੂਰਜ ਟਾਟ ਕਿਤੇ ਆਇਆ ਹੋਵੇ, ਉਧਰ ਆਪਾਂ ਕਹੀਏ ਪੂੜੇ ਬਣਾ ਲਿਆ, ਦੇਖੋ ਤੁਹਾਨੂੰ ਅੱਲਾ ਨੇ ਏਡਾ ਚੰਗਾ ਪੁੱਤਰ ਦਿੱਤਾ, ਤੁਹਾਨੂੰ ਮੈਂ ਕਹਿੰਦਾ ਤੁਸੀਂ ਮੰਜੇ ਤੇ ਬਹੋ, ਤੁਹਾਡੇ ਅੱਗੇ ਇਹ ਏਡਾ ਕਿਸਮਤ ਵਾਲਾ ਕਿਸਮਤ ਵਾਲਾ ਰਹਿਮਤ ਵਾਲਾ ਟੇਬਲ ਆ, ਠੀਕ ਹੈ, ਇਹਦੇ ਉੱਤੇ ਹਰ ਸ਼ੈ ਹਾਜ਼ਰ ਹੋ ਜਾਂਦੀ, ਤੁਸੀਂ ਇੰਜ ਕਰਨਾ, ਇਹ ਇੰਜ ਜਿਵੇਂ ਐਨਕ ਵਾਲਾ ਜਿੰਨ ਸੀ ਨਾ, ਜਿਵੇਂ ਐਨਕ ਵਾਲਾ ਜਿੰਨ ਰਹਿਮਾ ਸੀ ਨਾ, ਨਹੀਂ ਸੁੱਟਣਾ ਆਪਾਂ ਕਿਉਂ, ਆਪ ਕਿਸਮਤ ਵਾਲਾ ਟੇਬਲ ਲੈ, ਮੇਰੇ ਜੰਮਣ ਦੇ ਟਾਈਮ ਦਾ ਟੇਬਲ ਆ ਤੇ ਆਪਾਂ ਸੁੱਟ ਦੇਣ, ਜੈਨਕ ਵਾਲੇ ਜਿੰਦੇ ਵਿੱਚ ਜਿਵੇਂ ਉਹ ਇੰਜ ਕਰਕੇ ਨਹੀਂ ਕੂਟਾ ਹਾਜ਼ਰ ਕਰ ਦਿੰਦਾ ਸ਼ਾਵਾਂ, ਠੀਕ ਹੈ, ਤੇ ਇੰਜ ਤੁਸੀਂ ਉੱਥੇ ਬਹਿ ਕੇ ਵਾਹ ਦਿੰਦੇ ਚੁੱਲ੍ਹਾ, ਤੇ ਆਪਾਂ ਵੇਖੋ ਇੱਧਰ ਗੈਸ ਨਹੀਂ, ਆਪਾਂ ਉਹ ਪੋਰਟੇਬਲ ਚੁੱਲ੍ਹਾ ਧਰ ਗਏ, ਇਹ ਤ੍ਰਿਸ਼ਮੀ ਚਿਰਾਗ ਜਿਹਦੇ 'ਚ ਸ਼ਾਵਾਂ ਸਾਰੀਆਂ ਸਾਰੀਆਂ ਬਾਹਰ ਨਿਕਲਦੀਆਂ ਨੇ, ਇਹ ਐਨਕ ਵਾਲਾ ਜਿੰਨ ਸੱਚ ਕਿਹੜਾ ਕਿਹੜਾ ਵੇਖਦੇ ਨੇ, ਮਤਲਬ ਫੋਨ ਦੇ ਬੱਚੇ ਤੇ ਉਹ ਵੇਖਦੇ ਨੇ ਕਿਹੜਾ ਟੋਮ ਐਂਡ ਜੈਰੀ ਤੇ ਉਹ ਪਤਾ ਨਹੀਂ ਕੀ, ਠੀਕ ਹੈ, ਅਸੀਂ ਤੇ ਬਹੁਤ ਵੇਖਿਆ ਭਾਈ, ਐਨਕ ਵਾਲਾ ਜਿੰਨ ਵੇਖਣ ਤੋਂ ਪਹਿਲਾਂ ਤਾਂ ਸਕੂਲੇ ਨਹੀਂ ਸੀ ਜਾਈਦਾ, ਐਨਕ ਵਾਲਾ ਜਿੰਨ ਕਿੰਨੇ ਕਿੰਨੇ ਵੇਖਿਆ, ਕਮੈਂਟ 'ਚ ਲਾਜ਼ਮੀ ਦੱਸਣਾ ਤੁਸੀਂ ਐਨਕ ਵਾਲਾ ਜਿੰਨ ਕਿਹੜੇ ਕਿਹੜੇ ਬੰਦੇ ਨੇ ਵੇਖਿਆ, ਤੁਸੀਂ ਬਾਅਦ 'ਚ ਦੇਖਣਾ, ਅਸੀਂ ਛੋਟੇ ਸੀ ਨਾ ਉਦੋਂ ਐਨਕ ਵਾਲਾ ਜਿੰਨ ਦਾ, ਅਸੀਂ ਖੁਦ ਬਣ ਜਾਣਾ, ਤੇਰੇ ਮਾਮੂ ਆਣੇ ਮੈਂ ਰਲ ਕੇ, ਮੈਂ ਕਹਿੰਦਾ ਮੈਂ ਬਿਲ ਬਤੋੜੀ, ਮਤਲਬ ਸ਼ਕਲੋਂ ਵੀ ਲੱਗਦਾ ਬਿਲ ਬਤੋੜੀ, ਵੇਖੋ ਨਾ ਕਿਵੇਂ ਬਿਲ ਬਤੋੜੀ ਤੇ, ਵਾਕਈ ਇਹ ਤਾਂ ਨਾਂ ਠੀਕ ਰੱਖਿਆ ਸੀਗਾ, ਮਤਲਬ ਕੋਈ ਹੁੰਦਾ ਕੋਈ ਸੋਹਣਾ ਜਿਹਾ ਬੰਦਾ ਉਹਦਾ ਨਾਂ ਨਾ ਰੱਖਿਆ ਬਿਲ ਬਤੋੜੀ, ਫਿਰ ਬੰਦਾ ਲੱਗਦਾ, ਤੁਹਾਡਾ ਬਿਲ ਬਤੋੜੀ ਬਿਲਕੁਲ ਠੀਕ ਰੱਖਿਆ ਸੀ, ਮੈਂ ਇਸ ਗੱਲ ਤੇ ਐਗਰੀ ਕਰਦਾ, ਮੈਂ ਕਿਹਾ ਕੋਈ ਦੁੱਖ ਵਾਲੇ ਐਕਸਪ੍ਰੈਸ਼ਨ ਹੋਣਗੇ, ਤੁਸੀਂ ਸਾਰੀ ਗੱਲ ਹੀ ਕਰ ਦਿੱਤੀ, ਚਲੋ ਕੋਈ ਚੰਗਾ ਨਾਂ ਲੱਭਿਆ ਹੈ, ਤੁਸੀਂ ਇਸੇ ਗੱਲ 'ਚ ਖੁਸ਼, ਮਤਲਬ ਮੈਂ ਹਰ ਖੁਸ਼ੀ 'ਚ ਖੁਸ਼ ਵਾਲਾ ਬੰਦਾ ਹੈ, ਖੁਸ਼ੀ ਭਾਵੇਂ ਥੋੜ੍ਹੀ ਹੋਵੇ ਭਾਵੇਂ ਬਹੁਤੀ ਹੋਵੇ, ਮੈਨੂੰ ਖੁਸ਼ੀ ਖੁਸ਼ੀ, ਮੈਨੂੰ ਗੋਡੇ ਗੋਡੇ ਚਾਹ, ਮੈਨੂੰ ਬਿਲਕੁਲ
ਤੇ ਉਹ ਵੀ ਰਾਜ਼ੀ। ਚਾ ਫਿਰ ਹੱਸ ਕੇ ਵਖਾ ਦੇ ਇੱਕ ਵਾਰੀ। ਹੁਣ ਹੱਸਿਆ ਜਾਂਦਾ ਨਹੀਂ। ਨਹੀਂ ਹੱਸ ਕੇ ਵਖਾ ਦੇ, ਹੱਸਦੇ ਰਹਿਣਾ ਚਾਹੀਦਾ ਯਾਰ ਫਿਰ। ਨਹੀਂ ਇੱਕ ਗੱਲ ਮਾਰ ਮੈਂ ਪੁੱਛ, ਮਤਲਬ ਅਸੀਂ ਹੱਸਣ ਖੇਡਣ ਵਾਲੇ ਬੰਦੇ, ਇਸ ਤੋਂ ਸਾਨੂੰ ਹਾਸਾ ਪਸੰਦ ਹੈ ਤੇ ਫੁੱਲ ਪਸੰਦ ਹੈ ਤੇ ਬਾਕੀ ਅੱਲਾਹ ਤਾਲਾ ਹਰ ਨੂੰ ਹੱਸਦੇ ਖੇਡਦਾ ਰੱਖੇ, ਸਾਡੀ ਦੁਆ ਹੈ ਅੱਲਾਹ। ਉਹ ਤੇਰੀ ਖੈਰ, ਮੈਂ ਡਿੱਗਿਆ ਬਾਅਦ ਰੱਖੇ, ਸਲਾਮਤ ਰੱਖੇ, ਖੁਸ਼ ਰੱਖੇ ਹਰ ਨੂੰ। ਤੇ ਚਲੋ ਐਸੇ ਖੁਸ਼ੀ ਦਾ ਚਾਹ ਦਾ ਕੱਪ ਪੂਰਾ ਕਰੋ, ਚਾਹ ਤਾਂ ਠੰਡੀ ਹੋ ਗਈ ਹੈ ਗੱਲਾਂ ਦੇ ਚੱਕਰਾਂ ਦੇ ਵਿੱਚ, ਤੇ ਬਾਰਿਸ਼ ਮੈਨੂੰ ਸ਼ੱਕ ਪੈ ਰਿਹਾ ਕਿ ਜਿਵੇਂ ਬਾਰਿਸ਼ ਰੁੱਕ ਗਈ ਰੁੱਕ ਗਈ ਝੱਗ ਨਾਲ ਵੱਧ ਗਈ ਬਾਬਾ ਜੀ। ਨਾ ਇਹ ਰੁਕਣ ਦਾ ਨਾਮ ਲੈ ਰਹੀ ਹੈ ਅਤੇ ਨਾ ਇਹ ਕੁਛ ਕਰ ਰਹੀ ਹੈ। ਬਾਰਿਸ਼ ਹਲਕੀ ਮੱਠੀ ਹੋਈ ਜਾ ਰਹੀ ਹੈ। ਰਿਮਝਿਮ ਉਹ ਗਾਣਾ ਚੇਤੇ ਆ ਗਿਆ ਨਾ, ਉਹ ਇੱਕ ਹੈ ਸੀ ਨਾ ਰਿਮਝਿਮ ਪੈਂਦੀਆਂ ਕਣੀਆਂ, ਉਹ ਗਾਣਾ। ਹਾਂਜੀ ਕਿੰਨਾ ਮੇਰਾ ਲੈ, ਹੁਣ ਤੁਸੀਂ ਪਹਿਲੇ ਪੂੜਿਆਂ ਦਾ, ਪੂੜਿਆਂ ਵਾਲੀ ਬਾਹਾਂ ਥੱਕੀਆਂ ਨੇ ਮਸ਼ੀਨ ਡਾਕ ਬੈਠੇ ਜੀ। ਬਾਹਰ ਜਾਓ ਤੁਸੀਂ ਵੀ, ਪਾਰਕ ਦੇ ਵਿੱਚ ਸਾਰੀ ਵਾਹ ਬੈਠੀ, ਪਾਰਕ 'ਚ ਜਾਓ ਆਪਦਾ ਇੰਜੋਏ ਕਰੋ। ਬਾਹਰ ਵੇਖੋ ਚੁੱਕੋ ਇੱਧਰ, ਗ੍ਰੀਨਰੀ ਹਰਾ, ਬਾਰਿਸ਼ ਰੁਕ ਗਈ ਹੈ, ਠੀਕ ਹੈ, ਠੰਡੀ ਹਵਾ 'ਚ ਇਹਦੀ ਚਾਹ ਤੁਸੀਂ ਬਾਹਰ ਨਿਕਲ ਕਰੀ, ਠੰਡੀਆਂ ਹਵਾਵਾਂ 'ਚ ਆ ਰਹੇ ਹੋ, ਤੁਸੀਂ ਵੀ ਜਾਓ ਜਾ ਕੇ ਉੱਥੇ ਕੰਮ ਕੱਪੜੇ ਬਾਅਦ 'ਚ ਸੀ ਲਿਆ ਜੇ, ਉੱਥੇ ਜਾ ਕੇ ਦੋਸਤਾਂ ਦੇ ਨਾਲ ਬਹੋ, ਉਹਨਾਂ ਨਾਲ ਕੋਈ ਗੱਲਾਂ ਬਾਤਾਂ ਕਰੋ, ਠੀਕ ਹੈ। ਨਹੀਂ ਵਿਹਲਾ ਟਾਈਮ, ਬਹੁਤ ਮਸਰੂਫ਼ ਜ਼ਿੰਦਗੀ। ਚਲੋ ਸੀ ਲਓ ਚੰਗੀ ਗੱਲ ਹੈ, ਕੋਈ ਬਚਣ ਗਈ ਨਾ, ਕੋਈ 1000 ਰੁਪਈਆ ਬਚੇਗਾ, ਦਰਜਨ ਵਾਲਾ ਫਾਇਦਾ ਹੀ ਹੈ, ਨੁਕਸਾਨ ਤਾਂ ਨਹੀਂ ਹੈ। ਜਿਹੜੇ ਤੂੰ ਲੈ ਕੇ ਆਇਆ ਸੀ ਨਾ 5-6, ਉਹਨਾਂ ਚੋਂ ਹੈਗਾ। ਅੱਛਾ ਸਿਬਗਤ ਕੱਪੜਿਆਂ ਦਾ ਕੰਮ ਕਰਦਾ ਯਾਰ, ਗੱਲ ਤੁਸੀਂ ਨਾ ਟਾਲੋ, ਸਿਬਗਤ ਭਾਈ ਆਪਦੇ ਹਿਸਾਬ ਨਾਲ ਲਿਦੀ ਦਿਓ ਬੱਚੀ ਨੂੰ। ਨਹੀਂ ਖਾਣ ਤੋਂ ਬਾਅਦ ਨਹੀਂ, ਦੇਖੋ ਆਉਣ ਦੇ ਵਾਲ ਸਾਹਿਬ ਮੂੰਹ ਕਹਿ ਰਹੇ ਨੇ ਸਪੈਸ਼ਲੀ ਚਾਹ ਪਕਾਈ, ਆਪ ਸਾਹਿਬ ਐਡੀ ਮੁਹੱਬਤ ਵਾਲੀ ਉਹਨੇ ਚਾਹ ਪਕਾਈ, ਹੁਣ ਤੂੰ ਬੋਲਦਾ ਨੀ ਹੈ। ਲਓ ਜੀ ਆਪ ਸਾਹਿਬ ਨੂੰ ਚਾਬੀ, ਅੱਜ ਬਾਬਾ ਜੀ ਜਾਣੇ ਵੀ ਨੀ ਚਾਹੀਦੇ ਆ, ਹੁਣ ਤੇਰੀ ਇਹਨਾਂ ਨੇ ਕੈਬ ਲਾਈ, ਇਹ ਤੇਰੀ ਇੱਜ਼ਤ ਦਾ ਸਵਾਲ ਹੈ। ਹਸਬ ਕੈਸਾ ਫੀਲ ਹੋ ਰਿਹਾ, ਚਾਹ ਪੀ ਕੇ ਚੱਲ ਜਾ ਯਾਰ। ਯਾਰ ਮੈਨੂੰ ਨਾ ਮੁਸੀਬਤ ਪਈ ਹੋਈ ਹੈ, ਮੈਨੂੰ ਸ਼ਰਮ ਆ ਰਹੀ ਹੈ, ਮੈਂ ਇੱਥੇ ਆ ਗਿਆ। ਸ਼ਰਮ ਆ ਰਹੀ ਹੈ, ਸ਼ਰਮ ਆ ਰਹੀ ਹੈ, ਤੁਸੀਂ ਮੇਰੇ ਦੋਸਤ ਹੋ। ਯਾਰ ਇਹ ਬੰਦਾ ਦੇਖੋ ਕੀ ਹੋਇਆ, ਸਹੀ ਹੈ, ਐਡਾ ਸੋਹਣਾ ਚੋਰੀ ਸਾਹਿਬ ਬੰਦੇ ਨੇ, ਠੀਕ ਹੈ, ਕੀ ਹੋਇਆ ਯਾਰ, ਤੁਸੀਂ ਵੇਖੋ ਹੁਣ ਉਹ ਹੈ ਅਤੇ ਉਹ ਕੈਬ ਪੜ੍ਹ ਕੇ ਖਲੋ ਗਿਆ ਪਹਿਲੇ ਰੈਡੀ। ਗੱਡੀ ਦੀ ਚਾਬੀ ਲਵਾ ਲਈ। ਅੱਛਾ ਚਾਬੀ ਦੀ ਜ਼ਿਆਦਤੀ ਕੀਤੀ ਹੈ ਅਤੇ ਯਾਰ ਵਿਚਾਰੇ ਅਸਲ ਨਾਲ ਜ਼ਿਆਦਤੀ ਹੋਈ ਹੈ, ਇਹਨੂੰ ਹੁਣ ਮੈਂ ਜੰਬਰ 'ਤੇ ਲਾਉਣਾ। ਤੇ ਠੀਕ ਹੈ, ਕੋਈ ਮਸਲਾ ਨਹੀਂ ਹੈ, ਸਾਨੂੰ ਲਾ ਦੀ ਜਾਂ ਬਰਾਂ ਦੀ ਤੇ ਪਿੱਛੇ ਮਾਨਾ ਵੱਟਾ ਮਾਰਾ ਅਸਲ ਨੂੰ। ਅੱਲੇ ਇਹ ਹੁਣ ਬਾਬਾ ਜੀ ਤੇਰੀ ਗੱਡੀ ਦੇ ਪਿੱਛੇ ਵੱਟਾ ਮਾਰੇਗਾ, ਹੁਣ ਦੋਸਤ ਹੋ ਕੇ ਤੇਰੇ ਰਹਿ ਕਰੇਗਾ ਅਸਲ, ਮੈਂ ਤਾਂ ਬਹੁਤ ਜ਼ਿਆਦਤੀ ਵਾਲੀ ਗੱਲ ਯਾਰ, ਇਹ ਉਹੀ ਬੰਦਾ ਜਿਹਨੂੰ ਤੂੰ ਕਹਿੰਦਾ ਮੇਰੇ ਜਿਗਰ ਦਾ ਟੁਕੜਾ, ਮੈਂ ਅਸਲ ਤੋਂ ਬਗੈਰ ਜਾਣਾ ਨਹੀਂ, ਤੇ ਅੱਜ ਅਸਲ ਤੇਰੀ ਗੱਡੀ ਦੇ ਵੱਟਾ ਮਾਰੇਗਾ।
ਇਹ ਸਿਰਫ ਸਿਰਫ ਬਸ ਇੱਕ ਸਕਰੀਨ ਤੋੜਨੀ ਹੈ, ਇਹ ਇਹ ਬੈਕ ਸਕਰੀਨ ਤੋੜੇਗਾ ਵੱਟਾ ਮਾਰ ਕੇ। ਹੱਲ ਹੈ ਖਾਲੋ ਜੀ ਲਿਖਾਇਆ ਕਿਤੇ ਨਾ, ਉਹ ਬ੍ਰੈਂਡਿੰਗ ਵਾਲੀ ਹੈ, ਉਹ ਮੈਂ ਵੇਖਿਆ ਜੀ ਘੁੰਮ ਘੁੰਮ ਕੇ ਕਿਤੋਂ ਨੀ ਲਿਖਿਆ। ਮੈਂ ਕਿਹਾ ਅੱਛਾ ਉਂਝ ਯੈਲੋ, ਉਹਨੇ ਬਸ ਆਪਦੇ ਕੰਬੀਨੇਸ਼ਨ ਬਣਾਇਆ। ਚੈੱਕ ਤੇ ਕਰ ਅੱਗੇ ਮੱਥੇ ਤੇ ਇੰਜ ਹੱਥ ਫੇਰੇ ਜਿਵੇਂ ਇਹਦੇ ਵਾਲ ਸਾਰੇ ਇਹਦੇ ਹੀ ਨੇ ਹੈ। ਕੀ ਲੱਗਦਾ ਵਾਹਦ ਬੰਦਾ ਜਿਹੜਾ ਮੂੰਹ ਕਹਿ ਰਿਹਾ ਕਿ ਟੋਪੀ ਦੇ ਦੇ, ਕਸਮੇ ਵਾਕਈ ਭੈਣਾ ਲੱਗ ਰਿਹਾ। ਕਸਮਾਂ ਡਲੀ ਆ ਰਹੇ, ਨਸੀ ਆ ਰਹੇ ਨੇ ਯਾਰ ਵੀ ਸਾਹਮ ਮੇਰੀ ਗੱਲ ਸੁਣ ਕੀ ਯਾਰ ਚਾਲ ਮੇਰੀ ਗੱਲ। ਅਗਰ ਇਹ ਕੈਬ ਨਾ ਨਾ ਦੀਏ ਨੇ 2 ਮਿੰਟ ਦੇ ਅੰਦਰ ਅੰਦਰ, ਇਹ ਸਵੇਰੇ ਤੱਕ ਨਹੀਂ ਜਾਂਦੇ। ਕੈਬ ਲੈ ਕੇ ਦੇ ਰਹੇ ਕਿ ਨਹੀਂ? ਨਹੀਂ ਨਹੀਂ, ਮੇਰਾ ਇਹਨੂੰ ਰੱਖ ਦੋ ਯਾਰ। ਅਸੀਂ ਕੋ ਤੂੰ ਅਸਾਂ ਨੂੰ ਛੱਡ ਕੇ ਜਾਏਗਾ? ਰੱਸੀ ਬੰਨ ਕੇ ਨਾਲ ਪਿੱਛੇ ਬੰਨੀ ਨੂੰ ਚੈੱਕ ਦੇ ਕਰ। ਉਹ ਬਲਦੀ ਵਾਲਾ ਘੱਟ ਲੱਗਦਾ ਸੀ, ਆਹ ਬਹੁਤਾ ਲੱਗਦਾ। ਅਸਲਾਮ ਅਲੈਕੁਮ ਸਰ, ਸਲਾਮ ਦਾ ਜਵਾਬ ਦੇਣਾ ਹੁੰਦਾ। ਵਾਲੇਕੁਮ ਸਲਾਮ ਰਹਿਮਤੁਲਾਹ ਬਰਕਾਤੁਹ। ਤੁਸੀਂ ਇਹ ਤਾਂ ਖਲਾਰਾ ਚੱਕਿਆ ਨੀ, 10 ਵਜ ਗਏ ਨੇ ਯਾਰ। ਇਹ ਤੁਹਾਡੀਆਂ ਆ ਗਈਆਂ ਨੇ ਗੋਲੀਆਂ, ਸਾਰੀਆਂ ਮਹੀਨੇ ਦੀਆਂ ਸਾਰੀਆਂ ਸਾਰੀਆਂ। ਬਾਜ਼ੂ ਬਣਾਇਆ ਜਦੋਂ ਘੇਰੇ ਦਾ ਬਾਰਡਰ ਲਾਇਆ ਹੈ ਤੇ ਉਹ ਲਾ ਕੇ ਤੇ ਫਿਰ ਵੇਖਿਆ ਤੇ ਉਦੋਂ ਉਲਟਾ ਲੱਗਾ ਆ। ਵਾਹ ਜੀ ਵਾਹ, ਮਾਸ਼ਾਅੱਲਾ, ਮੁਬਾਰਕਾਂ ਹੋਣ, ਗੋਡੇ ਗੋਡੇ ਮੁਬਾਰਕਾਂ ਹੈ। ਇੱਥੋਂ ਤਾਂ ਕਹਿੰਦੀ ਨਜ਼ਰ ਸਹੀ ਤਰੀਕੇ ਨਹੀਂ। ਤੇ ਹੁਣ ਕਰਨ ਕੀ ਲੱਗੇ ਜੋ, ਦੁਬਾਰਾ ਦੇੜਨਾ? ਉਹ ਦੇੜ ਦਿੱਤਾ। ਹਾਏ, ਅੱਛਾ ਹੁਣ ਦੇੜ ਕੇ ਤੇ ਦੁਬਾਰਾ ਆ ਵੇਖਾ ਬਾਜ਼ੂ ਬਣਾਏ। ਲੈ ਮੈਂ ਕਹਿੰਦਾ ਕੱਢ ਟੋਰੇ ਇੱਕ ਆਣੇ। ਨਹੀਂ ਆਇਆ, ਇੱਕ ਪਾਸੋਂ ਕੁਤਰੇ ਜੇ ਰੇਬ ਬਣਾਏ ਆ ਨਾ। ਰੇਬ ਕੀ? ਬਾਜ਼ੂ ਐਵੇਂ ਬਣਨਾ ਵਾ ਨਾ, ਇੱਕ ਪਾਸੇ ਛੋਟਾ ਇੱਕ ਪਾਸੇ ਵੱਡਾ। ਵਾਹ ਜੀ ਵਾਹ, ਮੈਂ ਕਹਿੰਦਾ ਕੱਢ ਟੋਰਾ ਦਿੱਤੀਆਂ ਨੇ ਹੈ। ਲਾ ਲਓ ਲਾਲ ਕਰਤੇ ਨੇ ਬਾਜ਼ੂ, ਨਹੀਂ ਉਹ ਨੀਲੋ ਨੀਲ ਕਰਤੇ ਨੇ। ਕੰਮ ਡਾਇਰੈਕਟ ਕਰਤਾ ਹੈ, ਪਲਟੇ ਦੇ ਨਾਲ ਲੈਸ ਲਾ ਕੇ ਫੇਰ ਲਾਈ। ਚਲੋ ਜੀ, ਬਹੁਤ ਸੋਹਣਾ ਸੋਹਣਾ ਲੱਗ ਰਿਹਾ, ਮਾਸ਼ਾਅੱਲਾ ਸੋਹਣਾ ਬਣ ਗਿਆ। ਤੇ ਕਰੋ ਮਿੰਟ ਮਾਰੋ ਤਿਆਰੀਆਂ, ਤੇ ਉਸ ਤੋਂ ਬਾਅਦ ਕੀ ਹੁੰਦਾ ਨਾ, ਮੈਂ ਰੋਟੀ ਛੋਟੀ ਖਾ ਲਈ ਤੁਸੀਂ ਕਿ ਨਹੀਂ? ਮੈਂ ਤੇ ਆਪ ਨਹੀਂ ਖਾਣੀ, ਮੈਂ ਇਹੀ ਕਹਿਣ ਲੱਗਾ ਸੀ ਮੈਂ ਨਹੀਂ ਖਾਣੀ ਜੇ ਤੁਸੀਂ ਖਾਣੀ ਤੇ, ਕਿਉਂਕਿ ਉਹ ਥੱਲੇ ਚੁੱਲ੍ਹਾ ਚੱਲਦਾ ਸਾਡੇ। ਪਤਾ ਸੀ ਇਹਨਾਂ ਬੱਚਿਆਂ ਨੂੰ ਨਾ ਜਿਵੇਂ ਮਰਜ਼ੀ ਚੰਗੀ ਸ਼ੈ ਬਣਾ ਕੇ ਦੇ ਦੋ, ਜਿੰਨਾ ਚਿਰ ਬਾਹਰ ਹੋਣਾ ਨਾ ਗੜਪ ਗੜਪੀ ਕਰਕੇ ਆਉਣਾ। ਨਹੀਂ 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 ਨਹੀਂ, ਬਾਹਰੋਂ ਖਾਧਾ ਨਹੀਂ ਹੈ, ਸਿਰਫ ਟੇਸਟ ਕੀਤਾ ਬਸ। ਉਹ ਸਿਬਗਾ ਚੱਲਾ ਸੀ ਨਾ, ਤੇ ਉਹ ਕਹਿੰਦਾ ਮੈਂ ਜਾਂਦੇ ਜਾਂਦੇ ਨੇ ਇੱਕ ਦਫਾ ਨਾ ਫੇਰ ਜਿਹੜਾ ਨਾ ਆਪਣੇ ਆਪਣਾ ਜਿਹੜਾ ਨਾ ਆਪਣੇ ਢਾਬੇ ਦਾ ਜਿਹੜਾ ਨਾ ਮੈਂ ਇੱਕ ਵਾਰੀ ਕਹਿੰਦਾ ਜਿਹੜਾ ਨਾ ਰੋਲ ਚੈੱਕ ਕਰੀ ਜਾਵਾਂ ਜਾਂਦਾ ਜਾਂਦਾ ਬਸ। ਉਹਨੂੰ ਇੱਕ ਰੋਲ ਚੈੱਕ ਕਰਾਇਆ ਤੇ ਇੱਕ ਰੋਲ ਜਿਹੜਾ ਨਾ ਬਸ ਮੈਂ ਟੱਫਿਆ ਨਹੀਂ, ਇੱਕ ਰੋਲ ਮੈਂ ਤਾਂ ਸਾਹਮਣੇ ਖਾਧਾ ਤੇ ਇੱਕ ਸਿੱਪ ਨੂੰ ਖਾਇਆ, ਬਸ ਟੇਸਟ ਕੀਤਾ ਥੋੜ੍ਹਾ ਜਿਹਾ। ਕਿਉਂਕਿ ਤੁਹਾਨੂੰ ਪਤਾ ਮੈਂ ਜਿਹੜਾ ਨਾ ਉਹ ਇੱਕ ਰੋਲ ਕਿੱਡਾ ਹੁੰਦਾ, ਇੰਨਾ ਗਰੋਲੂ ਜਿਹੀ ਹੁੰਦੀ ਆ, ਅੱਧਾ ਮੈਂ ਖਾਧਾ ਤੇ ਅੱਧਾ ਉਹਨੇ ਖਾਧਾ। ਉਹ ਵੀ ਇਸ ਵਜ੍ਹਾ ਤੋਂ ਕਿ ਬਸ ਲੱਗ ਗਿਆ ਸੀਗਾ, ਨਹੀਂ ਤਾਂ ਖਾਣਾ ਕੋਈ ਨਹੀਂ ਸੀ ਕਰਨਾ। ਤੁਸੀਂ ਖਾਣਾ ਤਾਂ ਮੈਂ ਲਿਆ ਦੇਣਾ ਸਰ, ਮੈਂ ਫੋਨ ਕਰ ਦੇਣਾ ਮੁੰਡੇ ਕੋਲ ਮੰਗਵਾ ਲੈਂਦੇ ਆਪਾਂ, ਕੋਈ ਮਸਲਾ ਨਹੀਂ। ਜੇ ਖਾਣਾ ਤੁਸੀਂ ਹੁਕਮ ਕਰੋ, ਟੈਨਸ਼ਨ ਨਹੀਂ ਲੈਣੀ। ਕੋਈ ਹੋਰ ਸ਼ੈ ਖਾਣੀ ਤੇ ਹੋਰ ਦੱਸ ਦਿਓ,
ਕੋਈ ਆਈਸਕ੍ਰੀਮ ਖਾਣੀ, ਕੋਈ ਕੁਲਫਾ ਖਾ, ਆਏ ਮੈਂ ਚਾਹ ਵੀ ਪੀ ਲਈ ਮੈਂ ਚਾਹ ਵੀ ਪੀ ਲਈ ਅੱਜ ਹੀ ਹੈ, ਦਿਲ ਖੁਸ਼ ਕੀਤਾ ਜੱਟੀ ਹੈ, ਦਿਲ ਖੁਸ਼ ਕੀਤਾ ਅੱਜ, ਮੈਂ ਕਹਿੰਦਾ ਦਿਲ ਗਾਰਡਨ ਗਾਰਡਨ ਹੋ ਗਿਆ, ਦਿਲ ਮੇਰਾ ਦਿਲ ਦਕ ਦਕ ਕਰਨੇ ਲੱਗਾ, ਇੰਝ ਕਰ ਇੱਥੇ ਹੁੰਦਾ ਨਾ ਦਿਲ ਖਾਵੇ ਪਾਸੇ ਹੁੰਦਾ ਕਿ ਸੱਜੇ ਪਾਸੇ ਹੁੰਦਾ, ਹਾਂ ਹਾਂ ਦਿਲ ਦਕ ਦਕ ਕਰਨੇ ਲੱਗਾ, ਇੱਧਰ ਹੀ ਆ ਇੱਧਰ ਹੀ ਆ, ਇੱਥੇ ਧੜਕਣ ਡਿਆ, ਦਿਲ ਦਕ ਦਕ ਕਰਨੇ ਲੱਗਾ, ਮੇਰਾ ਜੀਆ ਤੁਮ ਪੇ ਮਰਨੇ ਲੱਗਾ ਹੈ, ਲੈ ਹੋਰ ਨੀ ਸਹੀ ਨੀ, ਹੋਰ ਕੀ ਹੋਰ ਤੁਹਾਨੂੰ ਕੀ ਦੱਸੀ ਅਭੀ ਹੈ, ਪੂਰਾ ਦਰਜੀਆਂ ਨੇ ਕਾਰਖਾਨਾ ਖੋਲਿਆ, ਮੈਂ ਕਹਿੰਦਾ ਪੰਜ ਸੱਤ ਤੁਹਾਨੂੰ ਆਰਡਰ ਨਾ ਲਵਾ ਦਈਏ ਅੱਗੇ, ਆਪਦੇ ਦੇ ਨਾਲ ਨਾਲ ਦੂਸਰੇ ਵੀ ਸੀ ਲਾਂਗੇ ਕੀ, ਨਹੀਂ ਤੇ ਉਹ ਵੀ ਆਪਣੇ ਆਪ ਦੇ ਬੱਚਿਆਂ ਦੇ ਨੇ, ਉਹ ਕਿਹੜਾ ਕੋਈ ਬਗਾਨਿਆਂ ਦੇ ਨੇ, ਬਾਹਰ ਧਮਾਕਾ ਹੋ ਗਿਆ, ਤੁਹਾਡੇ ਭਰਾ ਦੀ ਬੇਇੱਜ਼ਤੀ ਹੋ ਗਈ, ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਹੈ, ਮੈਂ ਕਹਿੰਦਾ ਹੁਣ ਮੇਰਾ ਦਿਲ ਕਰਦਾ ਮੈਂ ਸ਼ਰਮ ਨਾਲ ਨਾ ਡੁੱਬ ਕੇ ਨਾ ਮਰਾਂ, ਇਹ ਤਾਂ ਯਾਰ ਇੱਜ਼ਤ ਦਾ ਸਵਾਲ ਆ ਗਿਆ, ਮਾਂ ਜੀ ਹੁਣ ਮਾਂ ਜੀ ਨੇ ਤਾਨਾ ਮਾਰਤਾ ਯਾਰ, ਇਹ ਤੁਸੀਂ ਨਾ ਮੈਂ ਕਹਿੰਦਾ ਦਿਲ ਦੁਖਾਉਣ ਵਾਲੀ ਗੱਲ ਕੀਤੀ ਹੈ, ਨਖਰੇ ਕਿਹੜੇ, ਮੈਂ ਕਹਿੰਦਾ ਤੁਹਾਨੂੰ ਕਿਹਾ ਕਿ ਮੈਨੂੰ ਜਿਹੜਾ ਕਤਰ ਤੋਂ ਲਿਆ ਕੇ ਦਿਓ, ਹੈ ਤੁਹਾਨੂੰ ਮੈਨੂੰ ਦੱਸੋ ਨਾ ਪਹਿਲਾਂ ਇੱਧਰ ਨੂੰ ਦੱਸੋ, ਮੈਂ ਤਾਂ ਵੀਡੀਓ ਐਂਡ ਕਰਨ ਲੱਗਾ ਸੀ ਪਹਿਲਾਂ, ਹੁਣ ਬਾਬਾ ਬਹਿਸ ਛੇੜੀ ਗਈ, ਮੈਨੂੰ ਦੱਸੋ ਮੈਂ ਕਿਹੜਾ ਤੁਹਾਨੂੰ ਕਿਹਾ ਕਿ ਮੈਨੂੰ ਕਤਰ ਤੋਂ ਕੋਈ ਪਰੀ ਲਿਆ ਕੇ ਦਿਓ, ਦੱਸੋ ਮੈਨੂੰ ਕਤਰ ਦੀਆਂ ਪਰੀਆਂ ਚੰਗੀਆਂ ਹੁੰਦੀਆਂ, ਮੈਂ ਤੁਹਾਨੂੰ ਸਿੰਪਲ ਜੀ ਇੱਕ ਰਿਕੁਆਇਰਮੈਂਟ ਰੱਖੀ, ਮੈਂ ਕਿਹਾ ਰੰਗ ਹੋਵੇ ਕਾਲਾ, ਠੀਕ ਹੈ, ਤੇ ਕਿਤੇ ਕੋਈ ਜੋਰਜੀਆ ਦੀ, ਠੀਕ ਹੈ, ਕੋਈ ਜਿਹੜਾ ਨਾ ਕੀ ਉਹਦਾ ਨਾਮ ਹੈ ਸਾਊਥ ਅਫਰੀਕਾ ਵਾਲੇ ਪਾਸੇ ਦੇ ਲੱਭ ਦਿਓ, ਠੀਕ ਹੈ, ਕੋਈ ਮੇਰੀ ਰਿਕੁਆਇਰਮੈਂਟ ਨਹੀਂ, ਤੂੰ ਨਾ ਕਾਲੀ ਹੋਵੇ ਜੇ ਨਹਰੇ ਨੁਹਰੇ ਨਾ ਕਰੇ, ਹਾਂ ਨਾ ਮੇਕਅਪ ਮੰਗੇ, ਹਾਂ ਮੇਕਅਪ ਤੂੰ ਐਵੇਂ ਕੀ ਚਿੱਕ 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 ਉਲਝੇ ਜੀ, ਠੀਕ ਹੈ, ਮੈਂ ਕਹਿੰਦਾ ਨਾਈਜੀਰੀਆ ਦੀ ਕੁੜੀ ਹੋਵੇ ਬਸ, ਕਾਲਾ ਰੰਗ ਜਿਹੜਾ ਹੈ ਜਿਹੜਾ ਪਿਓਰ ਕਾਲਾ ਰੰਗ ਹੈ, ਲਸ਼ਕਾ ਮਾਰਦਾ ਮਾਸ਼ਾ, ਵੀਜ਼ਾ ਲਵਾ ਤੇ ਉੱਥੇ ਚੱਲ ਜਾ ਤੇ ਕਰਕੇ ਤੇ ਲੈ ਆਵੀਂ ਤੇ ਮੈਂ ਆਉਂਦਿਆਂ ਨੂੰ ਔਲਾਦ ਦੀ ਧੀ ਪੁੱਤਰ ਦੀ ਮਰਜ਼ੀ ਨਾ ਹੋਵੇ ਤਾਂ ਧਰੂਆ ਹੀ ਹਾਂ।